बहुत बहुत धन्यवाद सारे मेरे पंजाबी वीर का। मैं तो यही कहूंगा भाई दर्शक सब तो वड्डे हुंदे आ, अज दर्शक बहुत वड्डी गिणती विच पहुंचे आ, उन्हां सारयां नूं असीं जी आया आखदे आ। प्लेयर बहुत दूरों दूरों पहुंचे आ सारे वर्ल्ड दे विचों, ते प्रबंध बहुत वधिया सारे भाई दे पात्र आ। तू मैच जो पहला मैच होया अगला मैच भी बहुत वधिया आ, जिन्ने मैच होने आ सारे जने प्यार दा सबूत दे आओ मैच वल ले चलिए। बहुत ही वधिया जो मैच होण जा रहा है सतनाम सिंह जी गिल शिंदापाल जिन शूमंत्र कहते हैं, मक्खन शीरा शंकर तीर्थ तनिपिंड सारे हाँ, दीपा मौली हाँ जी गेला भजन साबरा हाँ जी एक मिनट बतारा साहब अजे पांच मिनट वेट करो जरा, इतने एक तकनीकी थोड़ी गल कर रहे हैं, जैसे टीमों को सेटअप करो मैं दसदा हुणे। जरूर थैंक यू जरूर थैंक यू जी। पानी लगी है थैंक यू भाई। जो एडजस्टमेंट करना आ गया ना किन्ना वधाउणा किन्ना ਤੇ ਟ੍ਰੇਨਿੰਗ ਕਰੂੰਗਾ ਜਾ ਕੇ ਪਾਰਕ ਦੇ ਨਾਲ ਜਾ ਕੇ ਅੱਜੇ ਕਰੋ ਟ੍ਰੇਨਿੰਗ ਆ ਸਾਰਾ ਦਿਨ ਟ੍ਰੇਨਿੰਗ ਹੀ ਸੀ। ਇਹਨਾਂ ਨੇ ਬੈਟਰੀ ਦਾ ਫਰਕ ਨਹੀਂ ਪੈਂਦਾ, ਮੈਂ ਤਾਂ ਬੰਦ ਕੀਤਾ ਸੀ ਯਾਰ ਇਹਦੇ ਵਿੱਚ ਥਰੂ ਦੇ ਨਹੀਂ ਇਹ ਤਾਂ ਬੰਦ ਕਰ ਲਾ ਇਹਦੇ ਬੰਦ ਕਰ ਲਾ ਖਿੱਚੇ ਤੋਂ ਹੀ ਹਾਂ ਬੰਦ ਹਾਂ ਮੈਂ ਥੋੜੀ ਬਚ ਜਵੇ ਦੋ ਨਹੀਂ ਹੈਗੇ ਬੈਟਰੀ ਹੈਗੀਆਂ ਦੋ ਨਹੀਂ ਕਿ ਲੈ ਹੋਣੀ ਹੈ ਲਾਸਟ ਵੀਕ ਦਾ ਮੁੰਡਾ ਮੇਰੇ ਕੋਲ ਬੈਠਾ ਸੀ ਉਹ ਵੀ ਦਾ ਕੈਮਰਾ ਮੈਂ ਲਾਲ ਚੜਦਾ ਮੈਂ ਕਿਹਾ ਵੀਰੇ ਵੀਰੇ ਫੋਟੋਆਂ ਚੜ ਖਿੱਚਦੇ ਕਹਿੰਦਾ ਖਿੱਚਦੇ ਲੈਣੇ ਵਿਹਲਾ ਹੀ ਉਹ ਤੋਂ ਆਪਦਾ ਕੈਮਰਾ ਉਹਨੇ ਸਪੋਰਟਸ ਦੇ ਕੀਤਾ ਮੈਂ ਕਿਹਾ ਮੈਂ ਤਾਂ ਵੀਰ ਤੋਂ ਵੀ ਖਤਰ ਪਵਾ ਦਿੰਦੇ ਮੈਂ ਕਿਹਾ ਇਹ ਕੈਮਰਾ ਇਹ ਲਿਆ ਨਾ ਵੀ ਸੈਂਪਲ ਜਿਹਾ ਲੈ ਲੈਂਦਾ ਹੁਣ ਪਤਾ ਵੀ ਚੀਜ਼ਾਂ ਦਾ ਬਹੁਤ ਵਧੀਆ ਹੈ ਬਾਕੀ ਤੁਹਾਡੇ ਵਰਗੇ ਭਰਾ ਹੈਲਪ ਕਰਦੇ ਆ ਕੀ ਕਰ ਲਓ ਜੀ ਭਾਈ ਦੇ ਮਾਰੀ ਮੇਰੇ ਤਾਂ ਬੈਟਰੀ ਗਈ ਭਾਜੀ ਲਾਈਵ ਚੱਲ ਰਿਹਾ ਫਿਰ ਲੈ ਕੇ ਨਹੀਂ ਆਉਂਦਾ ਲਾਈਵ ਕਰਨਾ ਚਾਹੁੰਦਾ ਬੈਟਰੀ ਲਿਆਉਂਦਾ ਨਹੀਂ ਨਾਲ ਮੈਂ ਉੱਧਰ ਬੈਠ ਜਾਣਾ ਔਰ ਜਾ ਕੇ ਮੈਂ ਕਿਹਾ ਫੋਟੋਆਂ ਖਿੱਚਣਾ ਅੱਛਾ ਫੋਟੋ ਮੇਰੇ ਪੇਜ 'ਤੇ ਹੈਗੀਆਂ ਬਹੁਤ ਘੱਟ ਓਕੇ ਓਕੇ
ਲੇਟਰ ਔਰ ਕੋਣਾ ਥੋੜੀ ਜੀ ਰੱਖ ਲਈ ਜੀ ਕਿਦਾਂ ਲੇਟਰ ਔਰ ਮੈਂ ਸੈਮੀ ਫਾਈਨਲ ਤੋਂ ਫਾਈਨਲ ਹਾਂ ਹੋਰ ਰਿਕਾਰਡ ਕਰ ਲਈ ਕੈਮਰੇ ਨਹੀਂ ਕਰਨਾ ਕੈਮਰੇ ਰਿਕਾਰਡ ਨਹੀਂ ਕਰਨਾ ਕੈਮਰੇ ਰਿਕਾਰਡ ਕਰ ਲਈ ਉਹ ਖੇਲੀ ਆ ਸਾਰਿਆਂ ਨੇ ਲਾ ਜਾ ਵੇਖੀ ਹੋਇਆ ਕੌਣ ਹੈ ਕਰ ਲਈ ਸੰਧੂ ਜਦੋਂ ਫੋਲਟੀ ਆ ਨਾ ਜਦ ਕੱਢ ਕੇ ਦੁਬਾਰਾ ਸਾਫ਼ ਕਰਕੇ ਪਾਉਣਾ ਠੀਕ ਹੋ ਜਾਂਦੀ ਹੈ ਇੱਕ ਮਿੰਟ ਤੂੰ ਪਹਿਲਾਂ ਨਾ ਜਿਹੜਾ ਬੰਦ ਕੀਤਾ ਕੈਮਰਾ ਇੱਦਾਂ ਨਹੀਂ ਕਿੱਦਾਂ ਚੱਲਦਾ ਰਾਜੂ ਨੇ ਅੱਜ ਖੇਡਣਾ ਲੱਗਾ ਮੈਚ ਹੋਣ ਸ਼ੁਰੂ ਮੇਰੇ ਤੋਂ ਖੱਬੇ ਵਾਲੇ ਪਾਸੇ ਟੀਮ ਜਿਹੜੀ ਹੈ ਸਲੋ ਤੇ ਹੰਸ ਲੋ ਦੋਨਾਂ ਟੌਨਾਂ ਨੇ ਇੱਕ ਰਲ ਕੇ ਟੀਮ ਤਿਆਰ ਕੀਤੀ ਹੈ ਤੇ ਦੂਜੇ ਪਾਸੇ ਡਰਬੀ ਬਰਮਿੰਗਮ ਦੇ ਨਾਲ ਗਵੰਡਰੀ ਜਿਹੜੇ ਫੋਟੋਗ੍ਰਾਫਰ ਪਸੰਦ ਕਰਦੇ ਜੋੜਦਾ ਹੋਇਆ ਆ ਪਹੁੰਚਾ ਇਧਰ ਬਹੁਤ ਹੀ ਵਧੀਆ ਜੋ ਸਲੋ ਤੇ ਹਸਲੋ ਨੇ ਰਲ ਕੇ ਟੀਮ ਬਣਾਈ ਆ ਮਿੱਠਾ ਬਹੁਤ ਹੀ ਵਧੀਆ ਪਹਿਲਾ ਅੰਕ ਜੋੜਿਆ ਲੋ ਜੀ ਪਹਿਲਾ ਨੰਬਰ ਸਲੋ ਦੇ ਹਾਸਲੋ ਦੀ ਟੀਮ ਤੇ ਜੁੜ ਚੁੱਕਾ ਹੈ ਤੇ ਪਹਿਲੀ ਕਬੱਡੀ ਕਹਿੰਦੇ ਮਹਿਲਾ ਦੀ ਟੀਮ ਵੱਲੋਂ ਮਹਿਰੂਮ ਹੈ ਪਾਕਿਸਤਾਨ ਜਰਦੀ ਦਾ ਕਬੱਡੀ ਪਾ ਰਿਹਾ ਕਹਿੰਦੇ ਅੱਜ ਬਾਹਰ ਕਿੰਨੇ ਦੀ ਸ਼ਰ ਜ਼ਮੀਨ ਦੇ ਉੱਪਰ ਨਾਲ ਕਹਿੰਦੇ ਵੀ ਵਿਕਾਸ ਗੁੱਜਰ ਤੇ ਨਾਲ ਕਹਿੰਦੇ ਬਾਸੂ ਬਾਲਾਡੀ ਵਾਲਾ ਚਾਰੇ ਪਿਆਰ ਨੇ ਨੰਬਰ ਜੁੜ ਚੁੱਕਾ ਚੱਲ ਇੱਧਰ ਪੈ ਗਈ ਆ ਕਬੱਡੀ ਬਹੁਤ ਹੀ ਵਧੀਆ ਵੇਖ ਰਿਹਾ ਕੋਠੇ ਜਿੱਡਾ ਗੱਭਰੂ ਆ ਤੇ ਸਾਹਮਣੇ ਵੀ ਚਾਰੇ ਨੌਜਵਾਨ ਬੜੀ ਚੜ੍ਹਦੀ ਉਮਰ ਦੇ ਖਿਡਾਰੀ ਆ ਆਹ ਵੇਖ ਲਓ ਭੱਜਿਆਂ ਦਾ ਨੌਜਵਾਨ ਬਹੁਤ ਹੀ ਵਧੀਆ ਤੇ ਆਹ ਵੇਖ ਲਓ ਭੱਜਿਆਂ ਦਾ ਕਬੱਡੀ ਕਬੱਡੀ ਕਰਦਾ ਆ ਵੇਖ ਲਓ ਸਾਹਮਣੇ ਆ ਵੇਖ ਲਓ ਗੁੱਟ ਫੜਿਆ ਆ ਆਹ ਮੌਸਮ ਵਾਲੇ ਨਾਲ ਮੁਕਾਬਲਾ ਹੋ ਗਿਆ ਪਰ ਆਹ ਵੇਖ ਲਓ ਭੱਜਿਆ ਦਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਸੁਖਬੀਰ ਕਬੱਡੀ ਪਾ ਰਿਹਾ ਮੇਰੇ ਵੀਰ ਕਹਿੰਦੇ ਭਰਾ ਕਬੱਡੀ ਖੇਡਦੇ ਆ ਵਰਲਡ ਕੱਪ ਵੀ ਖੇਡੇ ਸੁਖਬੀਰ ਸਰਵਾ ਵਾਲਾ ਜਿਲ੍ਹਾ ਕਹਿੰਦੇ ਫਰੀਦਕੋਟ ਆ ਮੁੰਡੇ ਦਾ ਦੁਨੀਆਂ ਦਾ ਰਿਸ਼ਤੇ ਰੇਟਰ ਕਬੱਡੀ ਪਾ ਰਿਹਾ ਉਧਰ ਇਟਲੀ ਤੋਂ ਸਾਡੇ ਸਤਿਕਾਰ ਚਾਰੀਆ ਸਾਹਿਬ ਤੇ ਧਾਮੀ ਸਾਹਿਬ ਜ਼ਿੰਦਗੀ ਦੇ ਪਰ ਪਿਆਰੇ ਨੇ ਉਹ ਪਹੁੰਚੇ ਨੇ ਇਟਲੀ ਦੀ ਸਰਜਮੀਨ ਤੋਂ ਤੇ ਆ ਹੈ ਕਹਿੰਦੇ ਸੁਖਬੀਰ ਦੇ ਦੂਸਰੇ ਪਾਸੇ ਜਾਨੀ ਸੁਨਿਆਰਾ ਆਓ ਨੰਬਰ ਸੁਖਬੀਰ ਦਿਖਾਦੇ ਇੱਕ ਹੋਰ ਨੰਬਰ ਦਾ ਚੜ੍ਹਦੇ ਹੋਏ ਮੈਦਾਨ ਵਿੱਚ ਵਾਧਾ ਹੁੰਦਾ ਹੋਇਆ ਆ ਰੇਡਰ ਹੈ ਕਹਿੰਦੇ ਅਕਬਰ ਡੋਕਰ ਚੱਲ ਬਈ ਆਕਰ ਵੀ ਡੋਕਰ ਗਬਰੂਆ ਧਰਤੀ ਮਾਂ ਨੂੰ ਮੱਥਾ ਟੇਕ ਕੇ ਸਾਹਮਣੇ ਜਾ ਮੁੰਡੇ ਨੇ ਪਿੰਡ ਦੀ ਝੋਲ ਵੇਖਦਾ ਆ ਮੈਂ ਬੜਾ ਬਹੁਤ ਹੀ ਵਧੀਆ ਕਬੱਡੀ ਪਾਉਂਦਾ ਨੌਜਵਾਨ ਆ ਉੱਚੀਆਂ ਉੱਚੀਆਂ ਛਾਲਾ ਮਾਰਦਾ ਹਾਂ ਤੇ ਅੱਜ ਪਤਾ ਲੱਗਣਾ ਸਾਹਮਣੇ ਚਾਰ ਜਾਫੀ ਆ ਤੇ ਵੇਖਦੇ ਆ ਆ ਵੇਖਦੇ ਆ ਸਾਹਮਣੇ ਆ ਕਹਿੰਦੇ ਮੌਸਮ ਵਾਲੇ ਦੇ ਨਾਲ ਹੋਇਆ ਪਿਆ ਮੁਕਾਬਲਾ ਕਰੋ ਤੱਕ ਮਾਰਦਾ ਆ ਵੇਖ ਲਓ ਇੱਕੋ ਸਰ ਜ਼ਮੀਨ ਦੇ ਗਬਰੂ ਪਰ ਆ ਵੇਖ ਲਓ ਉੱਧਰ ਜਾ ਪਹੁੰਚਾ ਸਤਨਾਮ ਗਿੱਲ ਦੇ ਕੋਲ ਦਾ ਵਾਧਾ ਕਰਦਾ ਹੋਇਆ ਇੱਕ ਨੌਜਵਾਨ ਡੋਗਰ ਮੰਡੀਆਂ ਵਾਲਾ ਗੁਰਮੀਰ ਕਹਿੰਦੇ ਕਬੱਡੀ ਪਹੁੰਚ ਚਲਾ ਮੇਰੇ ਵੀਰ ਜੂੜੇ ਤੇ ਰਮਾਲ ਬਣਿਆ ਹੋਇਆ ਕਲਗੀ ਤਰ ਦਿੱਤੀ ਹੋਈ ਕਾਲ ਸਾਂਭੀ ਹੋਈ ਹੈ ਮੁੰਡੇ ਨੇ ਕਹਿੰਦੇ ਜੂੜਾ
ਤੇ ਉਗੜਾ ਦੋਵੇਂ ਸਾਹਮਣੇ ਹੋਏ ਆ ਲਓ ਵੇਖਾ ਗੁਰਮੀਤ ਮੰਡੀਆਂ ਵਾਲਾ ਕਹਿੰਦੇ ਬਾਪ ਨੇ ਤਗੜੀ ਕਬੱਡੀ ਖੇਡੀ ਹੈ ਤੇ ਗਾਹ ਹੁਣ ਪੁੱਤ ਕਬੱਡੀ ਖੇਡਦਾ ਇੱਕ ਗੱਲ ਮੇਰੀ ਪੱਲੇ ਬੰਨ ਲਓ ਸੌ ਦੀ ਇੱਕ ਸਲਾਵਾ ਪੈਂਦਾ ਧਰਤੀ ਦੇ ਬੱਦਲਾਂ ਦਾ ਪਰਛਾਵਾਂ ਪੈਂਦਾ ਧਰਤੀ ਦੇ ਬੱਦਲਾਂ ਦਾ ਪਰਛਾਵਾਂ ਮੰਡੀਆਂ ਵਾਲਾ ਗੁਰਮੀਤ ਇੱਕ ਛੰਦ ਨੰਬਰ ਆਪਣੀ ਟੀਮ ਵਾਸਤੇ ਜੋੜ ਚੁੱਕਾ ਹੈ ਮਹਿਰੂਮ ਨੇ ਫਿਰ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੈ ਇੱਧਰ ਲਾਡੀ ਵੱਲੋਂ ਮਿੱਠਾ 20 ਪਾਉਂਡ ਜੱਫੇ ਦੇ ਲੱਗੇ ਆ ਜਿੰਨੇ ਵੀ ਅਜਾਪੀ ਜੱਫਾ ਲਾਉਣਗੇ ਤੇ ਸਾਹਮਣੇ ਮਹਿਰੂਮ ਦੀ ਪਈ ਆ ਮਿੱਠਾ ਕਬੱਡੀ ਵੇਖਦੇ ਆ ਪਹਿਲੇ ਸਾਲ ਅੰਗਰੇਜ਼ ਦੀ ਧਰਤੀ ਆਹ ਵੇਖ ਲਓ ਮੂਲੇ ਵਾਲੇ ਖਾਰਿਆਂ ਵਾਲੇ ਦੇ ਕੋਲੋਂ ਇੱਕ ਅੰਕ ਲੈ ਕੇ ਭੱਜਾ ਜਾਂਦਾ ਇਹ ਨੌਜਵਾਨ ਮਹਿਰੂਮ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਸਾਰੇ ਮੇਰੇ ਹਰ ਚੰਦ ਸਿੰਘ ਜੀ ਬੋਲਾ ਤੇ ਬੋਲੀ ਬੈਠੇ ਆ ਇੱਧਰ ਪੈ ਗਈ ਹੈ ਜਸ਼ਨੀ ਕਬੱਡੀ ਆਈ ਜਵਾਨੀ ਪੈਰ ਝਟਕਦੇ ਮੇਰਾ ਉੱਡਣੇ ਨੂੰ ਜੀ ਕਰਦਾ ਕਿੰਨਾ ਪਸੀਨੇ ਵਿੱਚ ਦੀ ਜਿਹੜਾ ਖਾਤਾ ਹੈ ਕਿਉਂ ਕਰਦਾ ਪਤਾ ਲੱਗਣਾ ਆ ਦੇਖ ਲਓ ਪਾਲੀਆ ਕਬੱਡੀ ਉਹ ਸੰਧੀ ਦੇ ਨਾਲ ਹੋ ਗਿਆ ਮੁਕਾਬਲਾ ਦਿਨੋ ਇੱਕੋ ਗਬਰੂ ਆ ਦੇਖ ਲਓ ਚਸ਼ਤੀ ਕੰਨ ਵੇਖ ਕਰ ਜ਼ੋਰਦਾਰ ਤਾੜੀ ਮਾਰਦੇ ਉਸ ਗਬਰੂ ਦੇ ਨਾਂ ਤੇ ਬਹੁਤ ਹੀ ਠਰਾਮੇ ਦੇ ਨਾਲ ਔਰ ਬਹੁਤ ਹੀ ਦਲੇਰੀ ਨਾਲ ਪੌਦਾ ਇੱਕ ਕਬੱਡੀਆਂ ਤੇ ਅੰਕ ਦਾ ਵਾਧਾ ਕਰਦਾ ਹੋਇਆ ਮਾਲਣਾ ਜੱਟ ਲੁਧਿਆਣਵੀ ਫਿਰ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਇਹਦੇ ਸੀਰਾ ਸੰਮੀਪੁਰੀਆ ਗੋਲਡੀ ਸੰਧੂ ਹੋਣੀ ਕਰਨ ਚੱਟੇ ਹੋਣੀ ਚੀਮਾ ਬਾਈ ਹੋਣੀ ਤੋੜ ਹੋਣੀ ਪਹੁੰਚੀ ਹੋਇਆ ਜਿੰਨੇ ਹੋਣੀ ਪਹੁੰਚੇ ਹੋਏ ਪਾਲੀ ਕਹਿੰਦੇ ਹੋਣੀ ਤੇ ਆ ਹੈ ਕਹਿੰਦੇ ਪਿੰਡਾਂ ਮੂਲੇ ਵਾਲਾ ਖੇਰਿਆਂ ਵਾਲਾ ਪਹਿਲੇ ਮੈਚ ਦੇ ਵਿੱਚ ਇਹਦੇ ਵੱਡੇ ਵੀਰ ਨੇ ਕਮਾਲ ਕੀਤਾ ਜੱਗੇ ਨੇ ਤੇ ਪਿੰਡਾਂ ਦੋ ਭਰਾ ਕਬੱਡੀ ਖੇਡਦੇ ਆ ਔਰ ਨੰਬਰ ਮੰਨ ਜੱਟ ਲੁਧਿਆਣਵੀ ਦੀ ਖਾਤੀ ਲੁੱਟਦਾ ਹੋਇਆ ਆ ਹੈ ਕਹਿੰਦੇ ਮਨਜੋਤ ਮਾਛੀ ਵਾਲਾ 2017 ਇੰਡੀਆ ਸੀਜ਼ਨ ਦੇ ਵਿੱਚ ਇਹ ਪਹਿਲੇ 10 ਨੰਬਰ ਦੇ ਰੇਟਰਾਂ ਦੀ ਲਿਸਟ ਵਿੱਚ ਆਇਆ ਇਹ ਹੈ ਮਨਜੋਤ ਮਾਛੀਵਾੜੇ ਵਾਲਾ ਹਰਬੰਸ ਕੋਨਾ ਸ਼ਗਿਰਦ ਤੇ ਆ ਪੁਰਾਣਾ ਕਹਿੰਦੇ ਪੁਰਾਣਾ ਜਾਫੀ ਹੈ ਜੰਜੂਆ ਦੁਨੀਆ ਮਾਨ ਕਰਦੀ ਹੈ ਦੁਨੀਆ ਮਾਨ ਕਰਦੀ ਨੰਬਰ ਮਨਜੋਤ ਮਾਛੀਵਾੜੇ ਦੇ ਖਾਤੇ ਜੁੜਦਾ ਹੋਇਆ ਚੱਲ ਬਈ ਡੋਗਰਾ ਉਧਰ ਚਾਰੇ ਜਾਫੀ ਤੈਨੂੰ ਉਡੀਕਦੇ ਆ ਕਹਿੰਦਾ ਬੜਾ ਤੇਰਾ ਵੀ ਨਾਂ ਸੁਣਿਆ ਆ ਸਾਡੀ ਵੀ ਪੂਰੀ ਬੱਲੇ ਬੱਲੇ ਆ ਤੇ ਆਪਾਂ ਦੇਖਣੇ ਇੱਧਰ ਲਾਭ ਸਿੰਘ ਸੈਣੀ ਇਟਲੀ ਤੋਂ ਵੀ ਪਹੁੰਚੇ ਉਹਨਾਂ ਨੂੰ ਵੀ ਜੀ ਆਇਆ ਆਖਦੇ ਆ ਤੇ ਆ ਵੇਖਦੇ ਆ ਪਈ ਆ ਕਬੱਡੀ ਹਲਕਾ ਜਿਹਾ ਟੱਚ ਕਰਕੇ 20 ਪਾਉਂਡ ਲਾਡੀ ਤੋਂ ਜੱਫੇ ਦੇ ਲੱਗੇ ਸੀ ਪਰ ਜੱਫਾ ਲੱਗ ਨਹੀਂ ਸਕਿਆ ਆਕਰਮ ਡੋਗਰ ਆਪਣੀ ਟੀਮ ਦੇ ਲਈ ਇੱਕ ਅੰਕ ਜੋੜਦਾ ਹੋਇਆ ਚੱਲ ਬਈ ਸੁਖਬੀਰ ਬਾਸੀ ਗਬਰੂ ਆਪਾਂ ਕਬੱਡੀ ਆ ਵੇਖ ਲਾ ਬੋਈ ਵੀ ਹੱਲਾ ਸ਼ੇਰੀ ਦਿੰਦਾ ਆ ਔਰ ਸਤਨਾਮ ਸਿੰਘ ਦੀ ਗੱਲ ਨੇਕਾ ਮਾਰੀ ਪਰ ਪਿੰਦੂ ਦੋ ਵੇਖਦੇ ਆ ਮੈਂ ਪਈ ਆ ਇਸ ਨੌਜਵਾਨ ਦੀ ਕਬੱਡੀ ਪਰ ਤਕੜੀਆਂ ਕੋਟੀਆਂ ਪਾਈਆਂ ਆ ਵੇਖ ਲਾ ਟੁੱਟੀਆਂ ਸਿੱਧੀਆਂ ਚਾਨੀ ਸੁਨਿਆਰਾ ਮਾਰਦਾ ਸੀ ਪਰ ਆ ਵੇਖ ਲਾ ਸੁਖਬੀਰ ਬਾਸੀ ਆਪਣੀ ਟੀਮ ਦੇ ਸੋ ਦੀ ਲਈ ਟੀਮ ਲਈ ਆ ਕਾਸੋ ਦੀ ਟੀਮ ਦੇ ਲਈ ਇਧਰ ਗੋਕੀ ਪੰਡਾਰ ਗਿੰਦਾ ਮੇਰੇ ਵੀਰ ਤੇ ਪਾਲੀ ਚੀਮਾ ਮੇਰੇ ਵੀਰ ਪਹੁੰਚੇ ਸਾਰਿਆਂ ਦਾ ਧੰਨਵਾਦ ਲਓ ਮਹਿਰੂਪ ਨੇ ਕਹਿੰਦੇ ਕਬੱਡੀ ਪਾਈ ਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਮਖਾਸ ਗੁਜਰ ਲਵਲੀ ਜ਼ਹਿਰੀ ਵਾਲਾ ਮੌਸਮ ਬਾਲਾ ਤੇ ਪਿੰਡਾਂ ਮੂਲੇ ਵਾਲਾ ਖੇਰੇ ਦਾ ਟੋਪਰ ਚਾਰ ਜਾਫੀ ਨੇ ਦੋ ਨੰਬਰ ਦਾ ਲਵਲੀ ਜ਼ਹਿਰੀ ਨੇ ਟਰਾਈ ਕੀਤੀ ਪਰ ਨੰਬਰ ਮਹਿਰੂਪ ਵਧੀਆ ਰੇਡਰ ਆਪਣੀ ਟੀਮ ਅੱਗੇ ਜੁੜਦਾ ਹੋਇਆ ਉਧਰ ਡਰਬੀ ਤੋਂ ਹਤਰ ਸਿੰਘ ਜੀ ਬੋਲਿਆ ਹੋਣੀ ਢਿੱਲੋ ਸਾਹ ਮੋਈ ਹੋਈ ਪਹੁੰਚੇ ਆ ਛੋਕਰ ਸਾਹਿਬ ਪਹੁੰਚੇ ਆ ਧੰਨਵਾਦ ਹੈ ਤੇ ਮੰਡੀਆਂ ਵਾਲੇ ਗੁਰਮੀਤ ਨੇ ਕਬੱਡੀ ਪਾਈ ਆ ਖੇਡ ਦੇ ਮੈਦਾਨ ਦੇ ਵਿੱਚ ਕਿ ਦੋ ਛੁੱਕ ਮੁੰਡਿਆਂ ਦੇ ਪੌੜਾ ਭੰਗੜਾ ਦੇ ਖੇਡਣੀ ਕਬੱਡੀ ਕਿ ਦੋ ਛੁੱਕ ਮੁੰਡਿਆਂ ਦੇ ਉਹ ਮੰਡੀਆਂ ਵਾਲਾ ਗੁਰਮੀਤ ਤੇ ਦੂਸਰੇ ਪਾਸੇ ਸੰਧੂ ਗੁਰਮੀਤ ਸੰਧੂ ਸਿੰਘ ਸਰਦਾਰ ਕੇ ਮਰ ਨੂੰ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਆ ਕਿ ਸੌਂਦਾ ਪੁੱਤਰ ਆਵੇ ਸੌਂਦਾ ਸਿੰਘਾਂ ਦੇ ਹੱਥ ਬੜੇ ਭਾਰੀ ਆ ਸਿੰਘਾਂ ਦੇ ਹੱਥ ਬੜੇ ਭਾਰੀ ਆ ਬਈ ਮੁੰਡੇ ਲਈ ਤਾੜੀ ਖੁੱਲ ਕੇ ਮਾਰ ਦਿਓ ਇਹ ਹੈ ਗੁਰਮੀਤ ਸਿੰਘ ਮੰਡੀਆਂ ਵਾਲਾ ਲਾਡੀ ਮੇਰਾ ਵੀਰ 10 ਪਾਉਂਡ ਦੇ ਨਾਲ ਮਾਨ ਕਰਦਾ ਹੈ ਮੰਡੀਆਂ ਵਾਲੇ ਗੁਰਮੀਤ ਦਾ ਚੱਲ ਮੈਂ ਕਹਿੰਦੀ ਲੱਗਾ ਤੇ ਮਨ ਨੇ ਲੁਧਿਆਣਵੀ ਦੀ ਪਈ ਆ ਕਬੱਡੀ ਅੱਤੇ ਵਾਲੇ ਦੇਵਾਰ ਨੂੰ ਇਹਦੀ ਗੱਜ ਚੌੜੀ ਛਾਤੀ ਆ ਕਹਿੰਦੇ ਫਿੱਟੂ ਨੇ ਪਈਆਂ ਕੋਟੀਆਂ ਆ ਵੇਖਦੇ ਆ ਸਾਹਮਣੇ ਮੁਕਾਬਲਾ ਹੋ ਪਿਆ ਆ ਆ ਵੇਖਦੇ ਸਾਹਮਣੇ ਬਗਲਾ ਭਰਿਆ ਆ ਪੱਜਾ ਜਾਂਦਾ ਨੌਜਵਾਨ ਬਹੁਤ ਹੀ ਵਧੀਆ ਭਾਈ ਦਾ ਕਿਹੜਾ ਸਾਲਾ ਪੇਜ ਆ ਲੁਧਿਆਣਵੀ ਲੱਖਾਂ ਦਾ ਅੰਕ ਜੋੜਦਾ ਹੋਇਆ ਉਧਰ ਕਰਤਾਰ ਸਿੰਘ ਜੀ ਗਰਿਆਣ ਸਿੰਘ ਜੀ ਬਾਜਵਾ ਜੀਐਸਬੀ ਧਰਤੀ ਹਿਲਦੀ ਪਾਸ ਹੋਣੇ ਕੋਟੀ ਕਬੱਡੀ ਵੱਡੇ ਵੱਡੇ ਦਿਲ ਦੀ ਤੇ ਵੇਖਦੇ ਇੱਧਰ ਜਿੰਨੇ ਹੁਸ਼ਿਆਰਪੁਰੀਏ ਦਾ ਫੈਸਲਾ ਚਿਸ਼ਤੀ ਦੇ ਹੱਕ ਦੇ ਵਿੱਚ ਜੁੜਦਾ ਹੋਇਆ
ਇਸ ਨੌਜਵਾਨ ਕੰਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ। ਚੱਲ ਬਈ ਡੋਗਰਾ ਪਾ ਕੌਡੀ ਕੌਡੀ ਉਧਰ ਮੋਸ਼ਨ ਬਾਲਾ ਮੰਗਾ ਵਾ ਹੀ ਨਹੀਂ ਹੈਗਾ ਬਈ ਇਸ ਕਵਰ ਨੂੰ ਕਿੱਥੇ ਸ਼ਾਇਦ ਅਗਲੇ ਮੈਚ ਆਈਏ ਕੈਂਚੀ ਜਾਨ ਵਿਕ ਦੇ ਜੋਰ ਨਾਲ ਟੱਕੀਏ ਲਵਲੀ ਸੇੜੀ ਵਾਲਾ ਵੇਖਦਾ ਆ ਤੇ ਗੱਲ ਕਿੱਧਰ ਨੂੰ ਜਾਣੀ ਆ ਕੌਡੀ 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 ਹੁੰਦੀ ਹੋਈ ਆ ਵੇਖ ਲਓ ਮੋਸ਼ਨ ਬਾਲੇ ਦਾ ਹੋ ਗਿਆ ਮੁਕਾਬਲਾ ਪਰ ਆ ਵੇਖ ਲਓ ਮੁੰਡੇ ਦੀ ਭਾਜ ਬੜੀ ਆ ਡਾਜ ਬੜੀ ਆ ਮੁੰਡੇ ਦੀ ਭਾਜ ਬੜੀ ਆ ਇੱਕ ਅੰਕ ਦਾ ਇੱਧਰ ਪਿੰਦੂ ਜੋਹਲ ਦੇ ਕੋਲ ਆ ਪਹੁੰਚਿਆ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਲੋ ਕਮਜ਼ੋਰ ਨੇ ਕਹਿੰਦੇ ਅਗਲੀ ਕਬੱਡੀ ਪਾਈ ਹੈ ਸਾਡੇ ਵਿਚਕਾਰ ਡੀਐਸਪੀ ਜਵਰਾਜ ਸਿੰਘ ਜੀ ਅੰਮ੍ਰਿਤਸਰ ਤੋਂ ਸਾਡੇ ਕੋਲ ਪਹੁੰਚਦੇ ਧੰਨਵਾਦ ਹੈ ਜਵਰਾਜ ਸਿੰਘ ਡੀਐਸਪੀ ਜਿਹੜੇ ਕਿ ਬਹੁਤ ਵੱਡੇ ਪੱਧਰ ਦੇ ਕੋਚ ਨੇ ਹਾਕੀ ਦੇ ਧੰਨਵਾਦ ਹੈ ਆ ਹੈ ਕਹਿੰਦੇ ਜੰਡੂਆ ਤੇ ਮਨਜੋਤ ਸਿੰਘ ਮਨਜੋਤ ਤੇ ਰਾਜੂ ਦੀ ਜੋੜੀ ਕਹਿੰਦੇ ਦੁਨੀਆਂ ਵਿੱਚ ਮਸ਼ਹੂਰ ਹੋਈ ਹੈ ਕਿ ਜੋੜੀਆਂ ਜਗ ਥੋੜੀਆਂ ਇੱਥੇ ਨਰਦ ਬਥੇਰੇ ਜੋੜੀਆਂ ਜਗ ਥੋੜੀਆਂ ਚੱਲ ਬਈ ਮਹਿਰੂਪ ਗਬਰੂ ਆਪਾਂ ਕਬੱਡੀ ਆ ਵੇਖ ਲਓ ਇੱਧਰ ਪੈ ਗਈ ਹੈ ਕਬੱਡੀ ਉੱਧਰ ਹਾਸਲੋ ਵਾਲੇ ਜੀਤਾ ਵਿਰਕ ਪ੍ਰੀਤਮ ਬੱਲ ਤੇ ਨਾਲ ਵੇਖਦੇ ਆ ਜੋਗਾ ਚੜਵਾੜ ਪ੍ਰੀਤਮ ਬੱਲ ਸਾਰੇ ਵੇਖਦੇ ਆ ਪਈ ਆ ਕਬੱਡੀ ਮੱਲੀ ਸਾਹਿਬ ਤੇ ਵੇਖਦੇ ਮਹਿਰੂਪ ਦੀ ਪਈ ਆ ਕਬੱਡੀ ਆ ਵੇਖ ਲਓ ਨਾਲ ਖੁੱਚ ਭਰੀ ਸੀ ਪਰ ਆ ਵੇਖ ਲਓ ਭੱਜਿਆ ਜਾਂਦਾ ਮਹਿਰੂਪ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਬਈ ਸੁਖਬੀਰ ਸਿਭਰਾਵਾਂ ਵਾਲਿਆ ਪਾ ਕਬੱਡੀ ਸਾਹਮਣੇ ਤੈਨੂੰ ਜੰਜੂਆ ਉਡੀਕਦਾ ਜਾਨੀ ਸੁਨਿਆਰਾ ਉਡੀਕਦਾ ਹੋਗਾ ਗਬਰੂਆ ਤਕੜਾ ਹੋਗਾ ਨੌਜਵਾਨਾਂ ਤਕੜੋ ਇਹ ਪੰਜਾਬੀਆਂ ਦੀ ਬਾਤ ਖੇਡ ਕਬੱਡੀ ਦੇ ਮੁਕਾਬਲੇ ਅੱਜ ਬਾਹਰ ਕਿਣਕੇ ਚੱਲਦੇ ਆ ਆ ਵੇਖ ਲਓ ਗੱਲ ਕਿਤੇ ਨੂੰ ਜਾਂਦੀ ਆ ਲੁਧਿਆਣਵੀ ਕਬੱਡੀ ਮਾਰਿਆ ਖੇਡ ਦੇ ਮੈਦਾਨ ਦੇ ਵਿੱਚ ਦਰਬਾਰ ਸਿੰਘ ਜੀ ਰੰਧਾਵਾ ਧੁੰਦਾ ਪਿੰਡ ਵਾਲੇ ਰਾਣਾ ਮੇਰਾ ਵੀਰ ਪੱਟਾ ਖੀਰਾਂ ਵਾਲੀ ਆ ਵੱਡੇ ਮਾਣ ਕਰਦੇ ਨੇ ਧੰਨਵਾਦ ਹੈ ਲਓ ਮਾਨੇ ਜੱਟ ਨੇ ਕਹਿੰਦੇ ਕਬੱਡੀ ਪਾਈ ਆ ਖੇਡ ਦੇ ਮੈਦਾਨ ਦੇ ਵਿੱਚ ਟੌਪਰ ਰੇਟ ਕਬੱਡੀ ਪਾ ਰਿਹਾ ਹੈ ਉਧਰ ਲਵਲੀ ਤਿਆਰ ਹੈ ਪਿੰਡਾ ਮੌਸਮ ਬਾਲਾ ਤੇ ਨਾਲ ਵਿਕਾਸ ਗੁਜਰ ਲਓ ਇਹ ਹੈ ਮਾਨਾ ਜੱਟ ਲੁਧਿਆਣਵੀ ਨੰਬਰ ਮੇਰਲੈਂਡ ਦੀ ਟੀਮ ਅਤੇ ਚੱਲਦੇ ਹੋਏ ਮੈਚ ਵਿੱਚ ਵਾਧਾ ਕਰਦਾ ਹੋਇਆ ਤੁਹਾਡੇ ਵੀਰ ਹਰਵੰਤ ਮੱਲੀ ਜੀ ਜੋਗਾ ਸਿੰਘ ਢਣਵਾਲ ਸਾਹਿਬ ਨਾਲ ਪ੍ਰੀਤਮ ਬਲ ਜੀ ਔਰ ਸਾਡੇ ਸਾਰੇ ਵੀ ਦਰਜੀਰ ਉੱਪਰ ਹੋਣੀ ਕਰਤਾਰ ਹੋਣੀ ਹੁਮ ਹਮਾ ਕੇ ਪਹੁੰਚੇ ਆ ਮੁਕਾਬਲਾ ਪਤਾ ਲੱਗਣਾ ਸਾਹਮਣੇ ਗੱਡੀ ਭਾਵੇਂ ਛੋਟੀ ਆ ਕੰਮ ਬੜੇ ਅੱਛੇ ਕਰਦੀ ਆ ਦੁਨੀਆਂ ਦਾ ਸਟਾਰ ਜਾਫੀ ਜੰਜੂਆ ਦੇ ਨਾਲ ਮੁਕਾਬਲਾ ਹੋ ਗਿਆ ਆ ਬਿਲਕੁਲ ਪੱਛਮੀਆਂ ਦੇ ਨੇੜੇ ਗੱਲ ਆ ਲੋਕੀ ਅੱਡੀਆਂ ਤੱਕ ਤੱਕ ਵੇਖਦੇ ਆ ਗੱਲ ਕਿਧਰ ਨੂੰ ਜਾਂਦੀ ਆ ਬਹੁਤ ਹੀ ਵਧੀਆ ਅੰਕ ਜੋੜਦਾ ਹੋਇਆ ਨੌਜਵਾਨ ਇੱਕ ਅੰਕ ਦਾ ਗਰਮੀਤ ਬੰਨਿਆ ਵਾਲਾ ਅੰਕ ਦਾ ਵਾਧਾ ਕਰਦਾ ਸ਼ੀਰੇ ਦੇ ਕੋਲ ਜਾ ਪਹੁੰਚਿਆ ਚੱਲ ਬਈ ਡੋਗਰਾ ਕਬੱਡੀ ਉਹ ਉਡੀਕਦੇ ਆ ਤੈਨੂੰ ਚਾਰੇ ਜਾਫੀ ਪਤਾ ਲੱਗਣਾ ਕਿ ਮਿਹਨਤਾਂ ਕੀਤੀਆਂ ਕਿ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਮਨ ਨੂੰ ਕਿਸੇ ਖੱਚਰਾ ਫੋਟੋ ਜਿਹਦੇ ਵਿੱਚ ਤੇਰਾ ਜੀ ਕਰਦਾ ਆਹ ਨੌਜਵਾਨ ਦੀ ਪਈ ਆ ਕਬੱਡੀ ਕੌਡੀ ਕੌਡੀ ਕਰਦਾ ਆਹ ਦੇਖੋ ਲਵਲੀ ਦੇ ਨਾਲ ਹੋਇਆ ਸੀ ਪਰ ਪੁਆਇੰਟ ਇੱਧਰ ਸਵਾਲੇ ਗਰੇਵਰ ਦਾ ਫੈਸਲਾ ਬਹੁਤ ਹੀ ਵਧੀਆ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਚੱਲ ਬਈ ਪਾ ਗਬਰੂਆ ਕਬੱਡੀ ਚਲੋ ਸਾਹਮਣੇ ਹਿੱਕ ਦੇ ਵਿੱਚ ਵਜੋ ਇਹ ਚਿਸ਼ਤੀ ਦੀ ਪੈ ਗਈ ਆ ਕਬੱਡੀ ਵੇਖਦੇ ਆ ਚਾਰੇ ਸਟਾਰ ਜਾਫੀਆਂ ਤੇ ਕੌਡੀ ਤਾ ਦਿੱਤੀ ਇਸ ਗਬਰੂ ਨੇ ਆ ਵੇਖਦੇ ਕੌਡੀ ਕੌਡੀ ਕੱਟੀ ਹੁੰਦੀ ਹੈ ਬਈ ਇਹ ਆ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਆ ਵੇਖ ਲਓ ਸਾਹਮਣੇ ਹੋ ਗਿਆ ਮੁਕਾਬਲਾ ਆ ਭੱਜਿਆ ਆਉਂਦਾ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਨੇ ਕਿਸੇ ਨੇ ਢਾਈ ਰਹਿਣਾ ਆਪਣਾ ਆਪਣੀ ਬਾਟ ਮਟਾ ਕੇ ਸਭ ਨੂੰ ਮੋੜਨਾ ਪੈਣਾ ਆਪੋ ਆਪਣੀ ਬਾਟ ਮਕਾਵੇ ਆ ਵੇਖਣਾ ਮਹਿਰੂਪ ਦੀ ਪਈ ਆ ਕਬੱਡੀ ਸਾਹਮਣੇ ਮਹਿਰੂਪ ਪਹਿਲੇ ਸਾਲ ਆਇਆ ਇੰਗਲੈਂਡ ਦੀ ਧਰਤੀ ਤੇ ਗੋਰਿਆਂ ਦੀ ਧਰਤੀ ਤੇ ਆ ਵੇਖਣਾ ਸ਼ੀਰਿਆ ਪਾਸੇ ਹਟ ਜਾ ਆ ਪਾਸੇ ਹਟ ਜਾ ਆ ਭੱਜਿਆ ਆਉਂਦਾ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚਾਲੀ ਮਨਜੋਤ ਸਿੰਘ ਬਾਤ ਬੜੇ ਲਓ ਮਨਜੋਤ ਕਹਿੰਦੇ ਮਾਛੀ ਵਾਲਾ ਕਬੱਡੀ ਪਾ ਰਿਹਾ ਜਿਹਨੇ 2016 ਵਿੱਚ ਵੀ ਕਮਾਲ ਕੀਤਾ ਤੇ 2015 ਵਿੱਚ ਆ ਮੁੰਡੇ ਦੀ ਕਹਿੰਦੇ ਕੈਨੇਡਾ ਕਬੱਡੀ ਤੇ ਇੰਗਲੈਂਡ ਦੀ ਟੀਮ ਵੱਲ ਤਗੜੀ ਕਬੱਡੀ ਖੇਲਿਆ ਇਹ ਹੈ ਮਨਜੋਤ ਸਿੰਘ ਤੇ ਆ ਹੈ ਸ਼ਾਮਾ ਕਹਿੰਦੇ ਈਬਨ ਪਿੰਡ ਵਾਲਾ ਲਓ ਕਮਾਲ ਕਰ ਰਿਹਾ ਤੇ ਨੰਬਰ ਜਾਲ ਗੁਜਰ ਵੀਰੇ ਪੋਸਟ ਕੋਡ ਦਾ ਪਤਾ ਨਹੀਂ ਪਰ 201 ਗੁੱਡ ਮੈਚ ਲੈਣ ਆ 201 ਗੁੱਡ ਮੈਚ ਲੈਣ ਪਾਉਗੇ ਨਾ ਤੇ ਆ ਜਾਣਾ ਇਹ ਗਰਾਉਂਡ ਆ ਜਾਣੀ 201 ਗੁੱਡ ਮੈਚ ਲੈਣ ਅੱਜ ਮੰਗੀ ਮਾਲ ਪਹੁੰਚਣ ਵਾਲਾ ਜਿਹਨੇ ਗੀਤ ਗਾਇਆ ਸੀ ਨਹੀਂ ਵੀਰੇ ਸਹਿਮੀ ਨਹੀਂ ਹੈਗਾ ਦੂਜਾ ਮੈਚ ਆ ਕਬੱਡੀਆਂ ਪਾ ਦੇਵੇ ਲਓ ਮਾਨਾ ਜੱਟ ਲੁਧਿਆਣੇ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆ ਹੈ ਮੌਸਮ ਬਾਲਾ ਟੱਪਰ ਜਾਫੀ ਹੈ ਦੋਨੇ ਪਾਕਿਸਤਾਨ ਦੇ ਦੋਨੇ ਲਹਿੰਦੇ ਪੰਜਾਬ ਦੇ ਲਓ ਸਾਹਮਣੇ ਨੰਬਰ ਮਾਨਾ ਜੱਟ ਲੁਧਿਆਣਵੀ ਮਿਡਲੈਂਡ ਦੀ ਟੀਮ ਅੱਗੇ ਨੰਬਰ ਦਾ ਵਾਧਾ
ਕਾਲੀ ਸਰਾਵਾਂ ਵਿੱਚ ਸੁਖਬੀਰ ਸਿੰਘ ਪਾਕ ਬੱਡੀ ਚੱਲ ਵੇ ਸੁਖਬੀਰ ਸਦਰਾਵਾਂ ਵਾਲੇ ਦੀ ਪਈ ਆ ਮੇਰੇ ਪੰਜਾਬੀ ਵੀਰੇ ਕਬੱਡੀ ਬੜਾ ਲੰਬੇ ਸਮੇਂ ਤੋਂ ਕਬੱਡੀ ਖੇਡਦਾ ਹੈ ਨੌਜਵਾਨ ਸੰਧੂ ਦੇ ਨਾਲ ਹਲਕਾ ਜਿਹਾ ਟੱਚ ਕਰਕੇ ਇੱਕ ਅੰਕ ਦਾ ਆਪਣੇ ਸਾਥੀਆਂ ਦੇ ਕੋਲ ਅੰਕ ਲੈ ਕੇ ਆ ਪਹੁੰਚਿਆ ਨਹੀਂ ਆਉਂਦੀ ਮੇਰੇ ਪਾਲਾ ਹੈ ਨਹੀਂ ਪਾਲਾ ਪਾਲਾ ਬਾਈ ਖੇਡਦਾ ਅੱਜ ਕਿਹਨਾਂ ਨੇ ਮਿਹਨਤ ਕੀਤੀ ਕੈਨੇਡਾ ਖੇਡੂਗਾ ਕਿਹਨਾਂ ਨੇ ਖੜਾ ਕੱਲ ਅਮਰੀਕਾ ਖੇਡਿਆ ਆਹ ਵੇਖ ਲਓ ਪੰਜਾਬ ਦੇ ਗੱਭਰੂ ਡੁੱਕਦੇ ਫਿਰਦੇ ਨੇ ਡੋਕਰ ਵੇਖਦਾ ਆ ਤੇ ਆਹ ਵੇਖਦੇ ਗੱਲ ਕਿੱਧਰ ਜਾਂਦੀ ਆ ਬਹੁਤ ਹੀ ਵਧੀਆ ਇਹ ਨੌਜਵਾਨ ਅੰਕ ਦਾ ਵਿਕਾਸ ਵੱਟ ਨੇ ਇੱਕ ਅੰਕ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ ਗੱਭਰੂਆ ਕਬੱਡੀ ਬੜੇ ਵਰਲਡ ਕੱਪ ਦੇ ਵਿੱਚ ਬੜੀਆਂ ਧਲੇਦਾਰ ਕੋਡੀਆਂ ਪਾਈਆਂ ਅੱਜ ਵੇਖ ਲਓ ਪਸੀਨਾ ਪਸੀਨੀ ਹੋਇਆ ਫਿਰਦਾ ਨੌਜਵਾਨ ਦਰਸ਼ਕ ਵੇਖਦੇ ਆ ਇਹ ਉਹੀ ਕਿਸ਼ਤੀ ਆ ਆਹ ਵੇਖ ਲਓ ਦੁਨੀਆਂ ਦਾ ਸਟਾਰ ਜਾਪੀ ਸਟਾਰ ਰੇਡਰ ਭੱਜਿਆ ਕਰਾ ਵਾ ਕਦੇ ਸਿੱਧਾ ਕਹਿੰਦੀ ਤੂੰ ਬੜਾ ਚਮਕੌਰ ਲੱਗਾ ਪਿਆ ਤੇ ਦਰਸ਼ਕ ਵੀਰ ਵੇਖਦੇ ਆ ਬਹੁਤ ਹੀ ਵਧੀਆ ਇਹਨੂੰ ਕਹਿੰਦੇ ਆ ਚਸ਼ਤੀ ਇਹ ਪਾਣੀ ਦੇ ਵਿੱਚ ਚਲਾ ਦਿੰਦਾ ਹੈ ਕਿਸ਼ਤੀ ਇਹਨੂੰ ਕਹਿੰਦੇ ਆ ਚਸ਼ਤੀ ਚੱਲ ਬਈ ਗੱਭਰੂਆਡੀ ਮੇਰਾ ਵੀਰ ਚੇਤੀ ਵਾਸਤੇ ਮਾਣ ਕਰੇ ਧੰਨਵਾਦ ਚੱਲ ਬਈ ਇੱਧਰ ਮਹਿਰੂਪ ਦੀ ਪੈ ਗਈ ਆ ਸਵਾਲੇ ਕੌਡੀ ਇਹਨੂੰ ਮਹਿਰੂਪ ਕਹਿੰਦੇ ਆ ਆਹ ਮਹਿਰੂਪ ਪਹਿਲੇ ਸਾਲ ਇੰਗਲੈਂਡ ਦੀ ਧਰਤੀ ਦੇ ਸੁੱਖਾਂ ਦੀ ਤਵੀ ਤੜੀ ਬੰਦੀ ਆ ਆਹ ਮੁੰਡਾ ਖੁਦ ਭਰਨ ਦੀ ਕੋਸ਼ਿਸ਼ ਕਰਦਾ ਮਨਪ੍ਰੀਤ ਸਿਆ ਇਹ ਜੋਰ ਜਵਾਨੀ ਕਦੇ ਗੁੱਜੇ ਨਹੀਂ ਰਹਿੰਦੇ ਮੁੱਲ ਤਾਂ ਖਿਡਾਰੀਆਂ ਦੇ ਇਹਨਾਂ ਮੈਦਾਨਾਂ ਦੇ ਵਿੱਚ ਪੈਂਦੇ ਆਹ ਵੇਖ ਲਓ ਉੱਧਰ ਮਨਜੋਤ ਮਾਛੀ ਵਾਲੇ ਵਾਲੀ ਪਈ ਆ ਕਬੱਡੀ ਸਾਹਮਣੇ ਗੱਭਰੂ ਨੇ ਟੰਗਿਆ ਕੱਚਾ ਸਿੱਖੀ ਸਰੂਪ ਦੇ ਵਿੱਚ ਪਾ ਦਿੱਤੀ ਆ ਕਬੱਡੀ ਆਹ ਜਾਨੀ ਸੁਨਿਆਰੇ ਦਾ ਜਾਨੀ ਸੁਨਿਆਰੇ ਦਾ ਮੁਕਾਬਲਾ ਹੋ ਗਿਆ ਪਰ ਨਹੀਂ ਰਿਸਾ ਦੇ ਰਹੀਆਂ ਗੱਭਰੂਆ ਸ਼ੁਰੂ ਰੈਫਰੀ ਬੜੇ ਹੜੇ ਖਿਡਾਰੀ ਆ ਇਹਨੇ ਬੜੀ ਤਕੜੀ ਕਬੱਡੀ ਖੇਡੀ ਆ ਇਸ ਕਰਕੇ ਮੇਰੇ ਵੀਰੋ ਉਹਦੇ ਦੇਖਦੇ ਆ ਸਾਹਮਣੇ ਚੱਲ ਬਈ ਪਾਬਲ ਸਾਹਮਣੇ ਪਈ ਆ ਕੌਡੀ ਅੱਧਾ ਸਮਾਂ ਹੋ ਗਿਆ ਮੇਰੇ ਪੰਜਾਬੀ ਵੀਰੋ ਅੱਧੇ ਸਮੇਂ ਦੀ ਗੱਲ ਕਰਨਗੇ ਸਾਡੇ ਸਤਿਕਾਰਯੋਗ ਦਵਿੰਦਰ ਸਿੰਘ ਜੀ ਪਤਾਰਾ ਮੈਚ ਬੜੇ ਫਾਸਲੇ ਹੋ ਰਹੇ ਆ ਜੋ ਮੈਚ ਗਰਾਊਂਡ ਵਿੱਚ ਚੱਲ ਰਿਹਾ ਇਹਦੇ ਹਾਫ ਟਾਈਮ ਦੇ ਪੁਆਇੰਟਸ ਹਨ ਸਲੋ ਤੇ ਹਾਸਲਾ ਦੀ ਟੀਮ ਜਿਹੜੀ ਆ ਤੀਸਰੀ ਜਿਹਨਾਂ ਦੀ ਵਿਕਟ ਆ 18.5 ਤੇ ਦੂਸਰੀ ਟੀਮ ਦੇ 15 18.5 ਤੇ 15 ਕਾਵਟੀ ਬਰਮਿੰਗਮ ਤੇ ਡਰਬੀ ਦੀ ਟੀਮ ਦੇ 15 ਜਿੰਨੇ ਕੁ ਵੀਰ ਇੱਥੇ ਆਏ ਹੋਏ ਆ ਉਹਨਾਂ ਨੂੰ ਇੱਕ ਜ਼ਰੂਰੀ ਜਾਣਕਾਰੀ ਹੈ ਕਿ ਬਾਰਕਿੰਗ ਗੁਰਦੁਆਰੇ ਵਿਖੇ ਸਿੱਖੀ ਦਾ ਇੱਕ ਕੈਂਪ ਲੱਗ ਰਿਹਾ ਜਿਹੜਾ 9 ਵਜੇ ਤੋਂ ਲੈ ਕੇ 4 ਵਜੇ ਤੱਕ 1 ਤੇ 2 ਸਤੰਬਰ ਫਰਾਈਡੇ ਤੇ ਸੈਚਰਡੇ ਨੂੰ ਹੋਵੇਗਾ ਜਿਹਦੇ ਵਿੱਚ ਬੇਸਿਕ ਆਫ ਸਿੱਖੀ ਵਾਲੇ ਵੀ ਪਹੁੰਚ ਰਹੇ ਆ ਉਹ ਬਾਰਕਿੰਗ ਗੁਰਦੁਆਰੇ ਦੇ ਪ੍ਰਬੰਧਕ ਇੱਥੇ KTV ਦੀ ਵੈਨ ਦੇ ਕੋਲ ਆਏ ਆ ਤੁਸੀਂ ਆ ਕੇ ਫਾਰਮ ਭਰ ਸਕਦੇ ਆ ਜਿਹਦੇ ਵਿੱਚ ਉਹ ਬੇਸਿਕ ਆਫ ਸਿੱਖੀ ਵਾਲੇ ਜਾਂ ਇਹ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਆ ਇਹ ਤੁਹਾਨੂੰ ਜਿਹੜੇ ਬੱਚਿਆਂ ਨੂੰ ਤੁਹਾਡਿਆਂ ਨੂੰ ਉਹ ਸਿੱਖੀ ਦੇ ਨਾਲ ਜੋੜਨ ਦਾ ਕੰਮ ਕਰਨਗੇ ਇੱਥੇ ਫਾਰਮ ਅੱਜ ਭਰੇ ਜਾ ਰਹੇ ਆ ਜ਼ਰੂਰ ਆ ਕੇ ਇਹਨਾਂ ਵੀਰਾਂ ਨੂੰ ਮਿਲ ਲਓ ਜਿਹੜੇ ਵੀ ਜਿਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਇੱਥੇ ਕੈਂਪ ਦੇ ਵਿੱਚ ਭੇਜਣਾ ਚਾਹੁੰਦੇ ਹਾਂ ਧੰਨਵਾਦ ਆ ਕਾਲੋ ਗੁਰਵਿੰਦਰ ਕਾਲੋ ਭਾਜੀ ਆ ਪਾਣੀ ਭੇਜਿਓ ਜਿੱਥੇ ਮੈਂ ਸ਼ੀਰਾ ਬੋਲਦਾ ਇੱਧਰਲੇ ਪਾਸੇ ਆ ਸਟੋਕਰਾਂ ਦੇ ਲਈ ਪਲੀਜ਼ ਗੁਰਵਿੰਦਰ ਕਾਲੋ ਭਾਜੀ ਪਾਣੀ ਭੇਜ ਦਿਓ ਟੀਮਾਂ ਨੋਟ ਕਰ ਲੈਣ ਜਿਹੜੇ ਪਹਿਲੇ ਮੈਚ ਦੇ ਵਿੱਚੋਂ ਰਨਰ ਅਪ ਰਹੀ ਸੀ ਉਹਦਾ ਮੈਚ ਜਿਹੜੀ ਇਹਦੇ ਵਿੱਚੋਂ ਵਿਨਰ ਰਹੀ ਆ ਉਹ ਨੋਟ ਕਰ ਲੈਣ ਅਗਲਾ ਮੈਚ ਉਹਨਾਂ ਦਾ ਹੋਣਾ ਸੌਖਾ ਜੀ ਚੱਲ ਰਿਹਾ ਇੱਧਰ ਮਹਿਰੂਪ ਦੀ ਪੈ ਗਈ ਆ ਗੋਗੀ ਕਬੱਡੀ ਆਹ ਵੇਖਦੇ ਆ ਗੋਗੀ ਭੰਡਾਰ ਵੇਖਦਾ ਬਾਈ ਆਹ ਵੇਖ ਲਓ ਭਿੰਦੇ ਦੇ ਨਾਲ ਮੁਕਾਬਲਾ ਹੋਇਆ ਪਰ ਬਹੁਤ ਹੀ ਵਧੀਆ ਅੰਕ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਬਈ ਚਸ਼ਤੀ ਗੱਭਰੂਆ ਪਾ ਦੇ ਕਬੱਡੀ ਪਤਾ ਲੱਗ ਜਾਵੇ ਵੇ ਲਹਿੰਦੇ ਪੰਜਾਬ ਤੋਂ ਆਇਆ ਨੌਜਵਾਨ ਚੱਲ ਕੇ ਤੇ ਵੇਖਦੇ ਆ ਕੌਣ ਟੱਕਣ ਦੀ ਕੋਸ਼ਿਸ਼ ਕਰਦਾ ਇਸ ਗੱਭਰੂ ਨੂੰ ਚਾਰੇ ਜਾਪੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਆ ਕੋਈ ਸੋਚਦਾ ਗੁੱਟ ਫੜ ਕੇ ਕੈਂਚੀ ਲਾ ਲਾ ਕੋਈ ਸੋਚਦਾ ਖੁਦ ਭਰ ਲਾ ਕੋਈ ਸੋਚਦਾ ਇੱਦਾਂ ਹੀ ਟਾਈਮ ਕਰ ਲਾ ਔਰ ਸੰਧੂ ਦੇ ਨਾਲ ਮੁਕਾਬਲਾ ਹੋਇਆ ਉਹ ਵੀ ਘੱਟ ਨਹੀਂ ਦੋਨੇ ਗੱਭਰੂ ਪੂਰੀ ਕੋਸ਼ਿਸ਼ ਕਰਦੇ ਹੋਏ ਬਿਲਕੁਲ ਹੰਦਿਆਂ ਦੇ ਨੇੜੇ ਬਿਲਕੁਲ ਹੰਦਿਆਂ ਦੇ ਨੇੜੇ ਪੁਆਇੰਟ ਬਹੁਤ ਹੀ ਵਧੀਆ ਸਲੋ ਹਾਸਲੋ ਦੀ ਟੀਮ
ਮਨਜੀਤ ਸਿੰਘ ਉੱਧਰ ਸਾਰੇ ਮੇਰੇ ਵੀਰਾਂ ਨੇ ਹਿੱਸਾ ਇੱਕ ਅੰਕ ਦਾ ਵਾਧਾ ਹੋ ਗਿਆ ਉੱਧਰ ਮਾਨਵ ਹਰਿਆਣਵੀ ਦੀ ਠੋਲ ਪੈ ਗਈ ਹੈ ਕਬੱਡੀ ਮੇਰੇ ਪੰਜਾਬੀ ਵੀਰੋ ਬੜੇ ਧੱਕਣ ਗੋਡੀਆਂ ਪਈਆਂ ਸਰੀਰ ਬੜਾ ਚੰਡਿਆ ਪਿਆ ਆ ਚੜ੍ਹਦੀ ਜਵਾਨੀ ਆ ਤਜਰਬਾ ਬੜਾ ਆ ਪਰ ਵੇਖਦੇ ਕਿਹਦੇ ਨਾਲ ਹੁੰਦਾ ਮੁਕਾਬਲਾ ਕਦੇ ਸੱਜੇ ਕੰਨੀ ਵੇਖਦਾ ਕਦੇ ਖੱਬੇ ਕੰਨੀ ਵੇਖਦਾ ਵੇਖਦੇ ਕੋਡੀ ਕੋਡੀ ਕਰਦਾ ਆ ਵੇਖਦੇ ਤੇਰੇ ਮੱਖਣ ਸ਼ੰਕਰੀ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਮਿੱਠਿਆ ਧਾਵੀ ਦੇ ਹੱਕ ਦੇ ਜਲ ਜੀ ਮਨਜੋਤ ਸਿੰਘ ਪਾ ਕਬੱਡੀ ਲਓ ਮਨਜੋਤ ਨੇ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪਾਈ ਹੈ ਸਰਦਾਰੀ ਕਿਵੇਂ ਵਾਹਿਗੁਰੂ ਕਲਗੀਧਰ ਦੀ ਅਪਾਰ ਕਿਰਪਾ ਮੁੰਡੇ ਦੇ ਕਿ ਜੇ ਨਲਵੇਂ ਮੈਂ ਮਰਦਾ ਕੰਮ ਸੀ ਆਇਆ ਕੰਡੇ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਜੇਕਰ ਪੈਂਦਾ ਮੰਜੇ ਤੇ ਨਾ ਜਾਲਮ ਸਰਕਾਰਾਂ ਸਾਡੇ ਰਾਜ ਨੂੰ ਸਾਂਭਦੀਆਂ ਸਾਡੇ ਪੱਠੇ ਪਾਉਂਦੇ ਗੋਰੇ ਤੇ ਮੇਮਾ ਭਾਂਡੇ ਮਾਂਜਦੀਆਂ ਲਓ ਇਹ ਹੈ ਮਨਜੋਤ ਮਾਛੀ ਵਾੜਾ ਵਧੀਆ ਹਿੱਟਰ ਆਪਣੀ ਟੀਮ ਦੇ ਨੰਬਰ ਦਾ ਵਧਾ ਕਰਦਾ ਹੋਇਆ ਗੱਭਰੂਆ ਕਬੱਡੀ ਸਾਹਮਣੇ ਪਤਾ ਲੱਗਣਾ ਕਬੱਡੀ ਜਦੋਂ ਦਰਸ਼ਕ ਵੇਖਦੇ ਆ ਇਸ ਨੌਜਵਾਨ ਕੌਣ ਟੱਕੂਗਾ ਆ ਵੇਖ ਲਓ ਡੋਗਰ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਲਈ ਮੱਥਾ ਟੇਕ ਹੰਧਿਆਂ ਨੂੰ ਮੁੰਡੇ ਪੱਟਾਂ ਤੇ ਮਾਨ ਥਾਪੀ ਇੱਕ ਪਾਸੇ ਰੇਡਰ ਹੋ ਗਿਆ ਦੂਜੇ ਪਾਸੇ ਹੋ ਗਿਆ ਜਾਪੀ ਭਲਾਈਆਂ ਬਾਹਾਂ ਆ ਦੇਖੋ ਚਾਨੀ ਸੁਨਿਆਰਾ ਆ ਵੇਖ ਲਓ ਥਾਪੀ ਮਾਰੀ ਇਸ ਨੌਜਵਾਨ ਬੱਚੀਆਂ ਤੇ ਸੁਖਬੀਰ ਨੇ ਨੰਬਰ ਦਾ ਦਾਅਵਾ ਕੀਤਾ ਕਿ ਨੰਬਰ ਮੇਰਾ ਕੇਪੀਐਸ ਕਾਰਪੇਟ ਵਾਲੇ ਵੱਡਾ ਮਾਣ ਕਰਦੇ ਨੇ ਧੰਨਵਾਦ ਹੈ ਲਓ ਮਹਿਰੂਪ ਕਹਿੰਦੇ ਮਹਾਨ ਰੇਡਰ ਕਬੱਡੀ ਬਾਰੇ ਲੈਂਦੇ ਪੰਜਾਬ ਦਾ ਉੱਧਰ ਲਵਲੀ ਸੈੜੀ ਵਾਲਾ ਤਿਆਰ ਇੱਕ ਨੰਬਰ ਦੇ ਨਾਲ ਵਿਕਾਸ ਗੁਜਰ ਮੌਸਮ ਬਾਲਾ ਤੇ ਭਿੰਦਾ ਮੂਲੇ ਵਾਲ ਖੇਰੇ ਦਾ ਆ ਹੈ ਕਹਿੰਦੇ ਮੌਸਮ ਬਾਲਾ ਫਟਫੜਿਆ ਟਰਾਈ ਕੀਤੀ ਮਹਿਰੂਪ ਦੀ ਰੇਡ ਹੈ ਉੱਧਰ ਜ਼ੋਰ ਲੱਗਿਆ ਹੋਇਆ ਕੋਈ ਭੰਡਾਲ ਦਾ ਆਓ ਨੰਬਰ ਮਹਿਰੂਪ ਵਧੀਆ ਰੇਡਰ ਆਪਣੀ ਟੀਮ ਦੀ ਨੰਬਰ ਦਾ ਵਾਧਾ ਕਰਦਾ ਹੋਇਆ ਆ ਹੈ ਚਿਸ਼ਤੀ ਜਿਹਨੇ ਕਹਿੰਦੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਵਿੱਚ ਟਾਈਟਲ ਜਿੱਤਿਆ ਤੇ ਪਾਕਿਸਤਾਨ ਦੀ ਟੀਮ ਦੀ ਕਪਤਾਨੀ ਕੀਤੀ ਇਹ ਹੈ ਚਿਸ਼ਤੀ ਵਧੀਆ ਰੇਡਰ ਹੈ ਦੋ ਤਿੰਨ ਸਾਲਾਂ ਤੋਂ ਲਗਾਤਾਰ ਸਨੋ ਦੇ ਵੱਲੋਂ ਕਬੱਡੀ ਖੇਡਦਾ ਤੇ ਆ ਹੈ ਕਹਿੰਦੇ ਮਨਦੀਪ ਕਾਲੀਆ ਪਰ ਨੰਬਰ ਚਿਸ਼ਤੀ ਸ਼ਾਨਦਾਰ ਨੰਬਰ ਹੈ ਆਪਣੀ ਟੀਮ ਲਈ ਜੋੜ ਕੇ ਨੰਬਰ ਦਾ ਵਾਧਾ ਦੀ ਟੀਮ ਲਈ ਕਰਦਾ ਹੋਇਆ ਮਨਪ੍ਰੀਤ ਸਿਆ ਇਹਨੂੰ ਕਹਿੰਦੇ ਆ ਮਨ ਨਾਲ ਲਧਿਆਣ ਵੀ ਪਤਾ ਲੱਗਦਾ ਜਦੋਂ ਨੌਜਵਾਨ ਕਬੱਡੀ ਪਾਉਂਦਾ ਆ ਥੱਕ ਧਰਤੀ ਕੰਬਦੀ ਆ ਦਰਸ਼ਕ ਦੇਖਦੇ ਨੇ ਵਾਕੇ ਸਰੋਜਾਂ ਦੇ ਚੰਡਿਆ ਸਰੀਰ ਆ ਬੜਾ ਵੇਖ ਲਓ ਸ਼ੀਰਾ ਸੰਮੀਪੁਰ ਵਾਲਾ ਦੇਖਦਾ ਹਲਕਾ ਜਿਹਾ ਟੱਚ ਕਰਕੇ ਇਹ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਬਈ ਮਨਜੋਤ ਸਿਆ ਪਾ ਗੱਭਰੂਆ ਕਬੱਡੀ ਆ ਵੇਖ ਲਓ ਕੋਠੇ ਜਿੱਡਾ ਗੱਭਰੂਆ ਉਧਰ ਚਾਨੀ ਸੁਨਿਆਰਾ ਵੇਖਦਾ ਇਹ ਬਾਗੇ ਸਿੰਘ ਨੇ ਮਿਹਨਤ ਕੀਤੀ ਆ ਮਾਵਾਂ ਦੀਆਂ ਦੋਵਾਂ ਨਾਲ ਆ ਭੈਣਾਂ ਦਾ ਆਸ਼ੀਰਵਾਦ ਆ ਤੇ ਭਾਈਆਂ ਦੀ ਹੱਲਾ ਸ਼ੇਰੀ ਆ ਤੇ ਆ ਵੇਖਦੇ ਆ ਸਾਹਮਣੇ ਜੰਜੂਆ ਵੇਖਦਾ ਆ ਪੂਰੇ ਇੱਕੋ ਜਿਹੇ ਗੱਭਰੂਆ ਇੱਕੋ ਜਿਹੇ ਕੱਦ ਕਾਢਿਆ ਤੇ ਯਾਰਵਾ ਵੀ ਬਹੁਤ ਆ ਪਰ ਨਾ ਅੱਜ ਮਨਜੋਤ ਮਾਛੀ ਵਾੜੇ ਦਾ ਤੋਲਦਾ ਆ ਨੰਬਰ ਕੀ ਬੁੱਕਣਾ ਆ ਪੂਰਾ ਕੀ ਬੁੱਕਣਾ ਆ ਜਿਹੜੇ ਬੁੱਕਣਾ ਮਕਾਨਾਂ ਦੇ ਵਿੱਚ ਨੇ ਛਿਲ ਛਿਲ ਖਾਣ ਅੰਗੂਰਾਂ ਦੇ ਅੰਗੂਰਾਂ ਨੂੰ ਘਰ ਦਾ ਦੁੱਧ ਕਿਉਂ ਛੱਡ ਕੇ ਲੱਭਦੇ ਫਿੰਦ ਕੰਨੂ ਸਰੂਰਾਂ ਨੂੰ ਆ ਦੇਖ ਲਓ ਸਾਹਮਣੇ ਪਈ ਆ ਆਕਮ ਟੋਕਰ ਦੀ ਪਈ ਆ ਕਬੱਡੀ ਵੱਧਦਾ ਜਾਂਦਾ ਚਾਰੇ ਜਾਫੀਆਂ ਵੱਲੋਂ ਤੇ ਮੰਜ਼ਲ ਵੱਲੋਂ ਤੇ ਇਧਰ ਫੈਸਲਾ ਹੋ ਗਿਆ ਡੋਕਰ ਦੇ ਹੱਕ ਵਿੱਚ ਮਿੱਠਿਆ ਡੋਕਰ ਦੇ ਹੱਕ ਵਿੱਚ ਕੰਕ ਦਾ ਪਾਣੀ ਨਾਲ ਹੀ ਰਹਿੰਦਾ ਚਲ ਸੁਵੀਰ ਸਿੰਘ ਪਾ ਕਬੱਡੀ ਮੁੰਡੇ ਨੇ ਕਹਿੰਦੇ ਵੀ ਤਿੰਨ ਵਰਲਡ ਕੱਪ ਖੇਡੇ ਆ ਤੇ ਜਦੋਂ ਰੇਡ ਕਰ ਦੀ ਬੱਲੇ ਉੱਪਰ ਲੈਂਦਾ ਸੀ ਲਾਈਵ ਨਹੀਂ ਹੁੰਦਾ ਸੀ ਤੇ ਦੁਨੀਆ ਬੱਲੇ ਬੱਲੇ ਕਰਦੀ ਸੀ ਲਓ ਆਏ ਸੁਖਬੀਰ ਸਰਾਵਾਂ ਵਾਲਾ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਲਓ ਨੰਬਰ ਰੇਡਰ ਦਾ ਚਾਰੀਆ ਸਾਹਿਬ ਧਾਮੀ ਸਾਹਿਬ ਤੇ ਸਾਡੇ ਹੋਰ ਮੇਰੇ ਵੀਰ ਕਬੱਡੀ ਦੇ ਦੀਵਾਨੇ ਪਹੁੰਚੇ ਨੇ ਇਡਰੀ ਦੀ ਸਰਜਮੀ ਤੋਂ ਬਹੁਤ ਬਹੁਤ ਧੰਨਵਾਦ ਹੈ ਲਓ ਨਾਨਾ ਜੱਟ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਹੋਇਆ ਕੀ ਜੇ ਤੂੰ ਕੁੜੀ ਦਿੱਲੀ ਸ਼ਹਿਰ ਦੀ ਤੇ ਮੈਂ ਵੀ ਜੱਟ ਲੁਧਿਆਣੇ ਦਾ ਲਓ ਮਾਨਾ ਜੱਟ ਲੁਧਿਆਣਵੀ ਕਰਦੀ ਪਾਕਿਸਤਾਨ ਦੀ ਟੌਪ ਦਾ ਰੇਡਰ ਕਬੱਡੀ ਪਾ ਰਿਹਾ ਤੇ ਆ ਹੈ ਕਹਿੰਦੇ ਭਿੰਦਾ ਮੂਲੇ ਵਾਲ ਖਹਿਰਾ ਜਿਹਨੇ 2016 ਨੂੰ 7 ਮਾਰਚ ਨੂੰ ਫਲੌਰ ਦੇ ਕਬੱਡੀ ਕੱਪ ਤੋਂ ਫੋੜ ਜਿੱਤਿਆ ਤੇ ਗੱਲਾਂ ਹੋਈਆਂ ਪੂਰੀ ਦੁਨੀਆ ਵਿੱਚ ਤਾਂ ਉਹ ਨੰਬਰ ਮਾਨੇ ਚੜਦਾ ਚੱਲ ਵੀ ਚਿਸ਼ਤੀ ਪਾ ਕਬੱਡੀ ਚਿਸ਼ਤੀ ਕਬੱਡੀ ਪਾ ਰਿਹਾ ਲੈਂਬਰ ਸਿੰਘ ਰਤਨ ਸਾਹਿਬ ਅਜਮੇਰ ਸਿੰਘ ਜੀ ਮੇਲਾ ਕਾਲੂ ਸਾਹਿਬ ਵਿੰਦਰ ਪੁਆਧਰੀ ਵਾਲਾ ਖੁਸ਼ ਨੇ ਮੇਲਾ ਭਰਿਆ ਹੋਇਆ ਤੇ ਚਿਸ਼ਤੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਮਨਦੀਪ ਕਾਲੀਆ ਟਰਾਈ ਕਰਦਾ ਹੋਇਆ ਪਰ ਨੰਬਰ
ਸਲੋ ਪਲੱਸ ਹਾਂਦਲੋ ਦੀ ਟੀਮ ਅਤੇ ਜੁੜਦਾ ਹੋਇਆ ਗੀਤਕਾਰ ਤੇ ਵੇਖਦੇ ਆ ਸਾਹਮਣੇ ਪਈ ਆ ਮਹਿਰੂਪ ਦੀ ਕਬੱਡੀ ਪਈ ਆ ਇੱਧਰ ਮੋਸਰ ਵਾਲਾ ਵੇਖਦਾ ਵਿਕਾਸ ਭੱਟ ਵੇਖਦਾ ਲਵਲੀ ਵੇਖਦਾ ਆ ਵੀ ਗੱਲ ਕਿਧਰੋਂ ਜਾਣੀ ਆ ਆ ਵੇਖ ਲਓ ਮਹਿਰੂਪ ਦੇ ਨਾਲ ਮੁਕਾਬਲਾ ਹੋਇਆ ਵਿਕਾਸ ਭੱਟ ਦਾ ਤੇ ਆ ਵੇਖ ਲਓ ਬਗਲਾ ਭਰੀਆ ਸ਼ੀਰੇ ਸੰਮੀ ਬਰਵਾਲ ਦਾ ਪੂਰਾ ਚੋਲ ਲਗਾ ਦਿਆ ਦਰਸ਼ਕ ਵੇਖਦੇ ਆ ਵੀ ਕੌਣ ਟੱਕਦਾ ਕੌਣ ਰੋਕਦਾ ਆ ਆ ਵੇਖ ਲੋ ਗੱਭਰੂ ਭੱਜਿਆ ਆਉਂਦਾ ਕਣਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਚੱਲ ਬਈ ਮੇਰਲੈਂਡ ਦੀ ਟੀਮ ਚ ਫਲਾਵੇ ਤੇ ਹਰਜਿੰਦਰ ਬੋਈ ਵੱਲੋਂ ਦੇਸੀ ਦਾ 20 ਪਾਉਂਡ ਦਾ ਵੱਡਾ ਮਾਨ ਸਨਮਾਨ ਹੋਵੇਗਾ ਲਓ ਮਨਜੋਤ ਨੇ ਕਬੱਡੀ ਪਾਈ ਹੈ ਜ਼ਿਲ੍ਹਾ ਲੁਧਿਆਣਾ ਤੇ ਮਾਛੀ ਵਾਲੇ ਦੀ ਧਰਤੀ ਕਰਗੀ ਧਰਤੀ ਚਰਨਸ਼ੂ ਧਰਤੀ ਹੈ ਤੇ ਆਹ ਜਾਨੀ ਸੁਨਿਆਰਾ ਟੌਪ ਜਾਫੀ ਪਰ ਨੰਬਰ ਮਨਜੋਤ ਦਾ ਨੰਬਰ ਰੇਡਰ ਦਾ ਸੁਨਾਮ ਸਿੰਘ ਗਿੱਲ ਸਾਹਿਬ ਪਹੁੰਚੇ ਹੋਏ ਨੇ ਤਾਂ ਸਾਡੇ ਧੰਨਵਾਦ ਹੈ ਕਮੈਂਟਰੀ ਦਾ ਤੇ ਆਹ ਕਹਿੰਦੇ ਮੁੰਡੇ ਨੂੰ ਉੱਡਣਾ ਘੋੜਾ ਕਹਿੰਦੇ ਆ ਲੈਂਦੇ ਪੰਜਾਬ ਦਾ ਇਹ ਹੈ ਅਕਮਲ ਡੋਗਰ ਕਹਿੰਦੇ ਘੋੜੇ ਜੇ ਲੈਣੇ ਔਖੇ ਆ ਤੇ ਘੋੜੇ ਭਜਾਉਣੇ ਵੀ ਔਖੇ ਆ ਇਹ ਹੈ ਕਹਿੰਦੇ ਅਕਮਲ ਡੋਗਰ ਉੱਡਣਾ ਘੋੜਾ ਲੋਕੀ ਜਾਣਦੇ ਆ ਕਰਕੇ ਤੇ ਨੰਬਰ ਆਪਣੀ ਟੀਮ ਅੱਗੇ ਜੁੜਦਾ ਹੋਇਆ ਚੱਲ ਬਈ ਸੁਖਬੀਰ ਬਾਸੀ ਦੀ ਪਈ ਆ ਕਬੱਡੀ ਉਧਰ ਸੁਖਬੀਰ ਬਾਸੀ ਵੀ ਸੁਖਬੀਰ ਬਾਸੀ ਕਹਿੰਦਾ ਸੁਖਬੀਰ ਸਭਰਾਵਾਂ ਵਾਲੇ ਦੀ ਪਈ ਆ ਕਬੱਡੀ ਆਹ ਵੇਖ ਲਓ ਭਰਿਆ ਸੀ ਕਲਾਵਾ ਪਰ ਪਸੀਨੋ ਪਸੀਨੀ ਤੇ ਆਹ ਵੇਖ ਲਓ ਗੱਭਰੂ ਇੱਕ ਅੰਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਚੱਲ ਬਈ ਲੁਧਿਆਣਵੀ ਪਾ ਗੱਭਰੂ ਆ ਕਬੱਡੀ ਇਹ ਮਨ ਲੈਂਦੇ ਪੰਜਾਬ ਤੋਂ ਆਇਆ ਚੱਲ ਕੇ ਆਹ ਵੇਖਦਾ ਕਹਿੰਦੇ ਅਸੀਂ ਦੋਵੇਂ ਫੁੱਲ ਗੁਲਾਬ ਦੇ ਇਕੱਠੇ ਖੇਡਣਾ ਚਾਹੁੰਦੇ ਸਾਂ ਕੋਟੀ ਦਾ ਇੱਕ ਬਹਾਦਾ ਆ ਗੱਲ ਲੱਗ ਕੇ ਮਿਲਣਾ ਚਾਹੁੰਦੇ ਸਾਂ ਵੇਖਦੇ ਆ ਉਹ ਪੁੱਠੀਆਂ ਸਿੱਧੀਆਂ ਲਵਲੀ ਮਾਰਦਾ ਪਰ ਆਹ ਵੇਖ ਲੋ ਭੱਜਿਆ ਦਾ ਵਜਨ ਮਾਨਾ ਲੁਧਿਆਣਵੀ ਇੱਕ ਅੰਕ ਦਾ ਵਾਧਾ ਇਹਦੇ ਦਵਿੰਦਰ ਸਿੰਘ ਕਾਲਾ ਵੇਖਦਾ ਬਈ ਪੈਣ ਲੱਗੀ ਆ ਕਬੱਡੀ ਸਤਨਾਮ ਸਿੰਘ ਦੀ ਗੱਲ ਵੇਖਦੇ ਆ ਕਿ ਚਸ਼ਤ ਦੀ ਪਈ ਆ ਕਬੱਡੀ ਬੜਾ ਸੁਪਰ ਸਟਾਰ ਗੱਲਾਂ ਹੋਣੀਆਂ ਪੂਰੀ ਦੁਨੀਆਂ ਦੇ ਵਿੱਚ ਤੇ ਕਿੰਨੇ ਜੱਥੇ ਲਾਏ ਕਿੰਨੀਆਂ ਪਾਈਆਂ ਕੋਟੀਆਂ ਉਹਦੇ ਆਹ ਵੇਖਦੇ ਸਾਹਮਣੇ ਜਿਹੜਾ ਮੁਕਾਬਲਾ ਹੁੰਦਾ ਆ ਧਾਰੇ ਦੇ ਸਵਾਰੇ ਦਾ ਫੈਸਲਾ ਧਾਵੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਚੱਲ ਵੀ ਅਕਮਲ ਸਿੰਘ ਪਗਮਲ ਡੋਗਰ ਫਿਰ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਉੱਧਰ ਸੁਖਰਾਜ ਸੰਧੂ ਜੀ ਤੇ ਸ਼ਿੰਦਾ ਕਹਿੰਦੇ ਛੂ ਮੰਤਰ ਉਹ ਟਾਈਮ ਦੇ ਉੱਪਰ ਤੈਨਾਤ ਨੇ ਕਹਿੰਦੇ ਜੂਨੀਅਰ ਟੀਮਾਂ ਤੇ ਸੁਰਿੰਦਰ ਮਾਰਗ ਜੀ ਪਾਲਾ ਸਰੋਤਾ ਬੜੇ ਪਿੰਡੀਆਂ ਜਰਨ ਸਕੱਤਰ ਕਬੱਡੀ ਫੈਡਰੇਸ਼ਨ ਜੁਕੇ ਬਹੁਤ ਬਹੁਤ ਧੰਨਵਾਦ ਲਓ ਅਕਮਲ ਡੋਗਰ ਨੇ ਕਬੱਡੀ ਪਾਈ ਆ ਖੇਡ ਦੇ ਮੈਦਾਨ ਦੇ ਵਿੱਚ ਉੱਡਣਾ ਘੋੜਾ ਕਬੱਡੀ ਪਾ ਰਿਹਾ ਉੱਧਰ ਦੋ ਨੰਬਰ ਤੋਂ ਟਰਾਈ ਕੀਤੀ ਪਰ ਨੰਬਰ ਅਕਮਲ ਡੋਗਰ ਇੱਕ ਵਧੀਆ ਨੰਬਰ ਆਪਣੀ ਟੀਮ ਮਿਡਲੈਂਡ ਦੀ ਟੀਮ ਅੱਗੇ ਜੁੜਦਾ ਹੋਇਆ ਸਾਹਮਣੇ ਕਬੱਡੀ ਆ ਸੁਰਿੰਦਰ ਮਾਨਕ ਵੇਖਦਾ ਪਾਲਾ ਸੋਤਾ ਵੇਖਦਾ ਕੌਣ ਇਸ ਤਰ੍ਹਾਂ ਨੂੰ ਟੱਕਦਾ ਆ ਭਰੇ ਮੇਲੇ ਦੇ ਵਿੱਚ ਗੱਲਾਂ ਹੋਣੀਆਂ ਆ ਨਹੀਂ ਭਾਜੀ ਅਸੀਂ ਕਿਹੜਾ ਪ੍ਰੋਫੈਸ਼ਨਲ ਕੈਮਰੇ ਚਲਾਉਣੇ ਯਾਰ ਧਾਰੀਆਂ ਲੋਕਾਂ ਨੂੰ ਪੈ ਗਿਆ ਪਰ ਆ ਵੇਖ ਲਓ ਭੱਜਾ ਜਾਂਦਾ ਨੌਜਵਾਨ ਇਹ ਮਾਛੀਵਾੜੀ ਵਾਲਾ ਮਨਜੋਤ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਜਲਦੀ ਪਾ ਕਬੱਡੀ ਮਾਨਾ ਕਹਿੰਦੇ ਜੱਟ ਲੁਧਿਆਣਵੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਧੰਨਵਾਦ ਹੈ ਸੱਤਾ ਮਠੱਡਾ ਪਹੁੰਚਿਆ ਸੁਣਾਣੇ ਦਾ ਫੈਸਲਾ ਧਾਵੀ ਦੇ ਹੱਕ ਵਿੱਚ ਇੱਧਰ ਸਾਰੇ ਮੇਰੇ ਵੀਰ ਨਾਲ ਸਾਰੀ ਢਾਣੀ ਪਹੁੰਚ ਗਈ ਲੋਲਾ ਸੋਨੀ ਮੇਰਾ ਵੀਰ ਤੇ ਵੇਖਦੇ ਆ ਸਾਹਮਣੇ ਚੱਲਵੇ ਮਹਿਰੂਪ ਪਾ ਗੁਰੂ ਕੋਟੀ ਆਪ ਪੈ ਗਈ ਆ ਮਹਿਰੂਪ ਦੀ ਕਬੱਡੀ ਪਈ ਆ ਪਹਿਲੇ ਸਾਲ ਆਇਆ ਚੱਲ ਕੇ ਇੰਗਲੈਂਡ ਦੀ ਧਰਤੀ ਤੇ ਪਤਾ ਲੱਗਦਾ ਨੌਜਵਾਨ ਨੇ ਮਿਹਨਤਾਂ ਕੀਤੀਆਂ ਆ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਆ ਵੇਖਦੇ ਆ ਕਿਹਨੂੰ ਕਰਦਾ ਟੱਚ ਆਹ ਵੇਖ ਲਓ ਮੋਸ਼ਨ ਵਾਲੇ ਦੇ ਨਾਲ ਮੁਕਾਬਲਾ ਕਬਰੂ ਟੈਂਦਾ ਡਗਦਾ ਟੈਂਦਾ ਆਹ ਵੇਖ ਲਓ ਕਿਧਰੋਂ ਗੱਲ ਚੱਲਦੀ ਆ ਮਹਿਰੂਪ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਮਹਿਰੂਪ ਮਿਡਲੈਂਡ ਡਰਬੀ ਜੋ ਟੀਮ ਸਾਂਝੀ ਬਣਾਈ ਆ ਕਮੈਂਟਰੀ ਮੇਰੇ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਦੋਈ ਦੇ ਕੋਲ ਪਹੁੰਚਾ ਨੌਜਵਾਨ ਚੱਲ ਵੇ ਚਸ਼ਤੀ ਕਬਰੂ ਆ ਪਾ ਕਬੱਡੀ ਤੈਨੂੰ ਜਾਨੀ ਸੁਨਿਆਰਾ ਡੀਕਦਾ ਆ ਤੇ ਕੌਣ ਕਰਦਾ ਟੱਚ ਇਸ ਕਬਰੂ ਨੂੰ ਪਤਾ ਦੁਨੀਆਂ ਨੂੰ ਸਾਰੀ ਨੂੰ ਮਹਾਨ ਰੇਡਰ ਆ ਧਾਵੀ ਆ ਤੇ ਕੌਣ ਟੱਕਦਾ ਜਨਜੂਆ ਵੇਖਦਾ ਆ
ਆਹ ਵੇਖੋ ਸੰਧੂ ਦੇ ਨਾਲ ਮੁਕਾਬਲਾ ਹੋ ਗਿਆ ਆ, ਦੋਨੇ ਗੱਭਰੂ ਇੱਕੋ ਦੇ ਆ, ਇੱਕੋ ਦੇ ਜਾ ਰਹੇ ਆ, ਪਰ ਉਹ ਵੇਖ ਲਾ ਖੁੱਚ ਭਰਨ ਦੀ ਕੋਸ਼ਿਸ਼ ਕਰਦਾ, ਪਰ ਚਿਸ਼ਤੀ ਕਹਿੰਦਾ ਨਹੀਂ ਸੁਣਿਆ, ਗੱਲਾਂ ਅੱਜ ਬਾਹਰ ਕਿੰਗ ਦੇ ਵਿੱਚ ਸਾਡੀਆਂ ਹੋਣੀਆਂ ਆ, ਗੱਲਾਂ ਸਾਡੀਆਂ ਹੋਣੀਆਂ। ਧੰਨਵਾਦ ਦੇ ਸਾਹਿਬ, ਲਓ ਗੱਲ ਹੋਊਗੀ। ਕਹਿੰਦੇ ਅਕਬਲ ਡੋਗਰ ਦੀ ਪਾਈ ਹੋਈ ਰੇਡ ਦੀ, ਕੁਲਵਿੰਦਰ ਸੋਟਾ ਬੜੇ ਪਿੰਡੀਆਂ ਟੱਕਦਾ ਕੇ ਅਕਬਲ ਦੀ ਇੱਕ ਪਈਆ ਰੇਡ ਦੇ ਸਾਹਮਣੇ ਮੈਦਾਨ ਦੇ ਵਿੱਚ, ਇਹ ਵਿਕਾਸ ਗੁੱਜਰ ਲਓ ਸ਼ੀਰੇ ਨੇ ਦਲੀਲ ਕੀਤੀ, ਅਪੀਲ ਕੀਤੀ, ਪਰ ਸਵਰਨਾ ਤੇ ਜੈਲਾ ਨਹੀਂ ਮੰਨਦੇ। ਜੈਲਾ ਜੀ ਗੱਲ ਕਲੀਅਰ ਕਰ ਦਿਓ, ਨੰਬਰ ਰੇਡਰ ਦਾ ਸਵਰਨੇ ਨੇ ਜੈਲੇ ਨੇ ਬਿਸਲ ਮਾਰੀ ਆ ਕਿ ਨੰਬਰ ਰੇਡਰ ਦਾ ਲੋਲਾ ਜੀਤਾ ਰੋਸੀ ਰੋਠੀ ਸਾਹਿਬ ਜੀਤਾ ਬਿਲਗਾ ਮੱਟੀ ਸੋਹਣੀ ਅਮਰਜੀਤ ਤੇ ਸਾਰੇ ਮੇਰੇ ਵੀਰ ਪਹੁੰਚੇ ਆ, ਧੰਨਵਾਦ ਜੀ ਆਇਆਂ ਨੂੰ। ਪਰ ਰੈਫਰੀ ਦਾ ਫੈਸਲਾ ਆਖਰੀ ਆ ਵੀ ਤੁਸੀਂ ਦਖਲ ਨਹੀਂ ਦੇਣਾ, ਜੇ ਰੈਫਰੀ ਦਾ ਫੈਸਲਾ ਉਧਰ ਸਾਰੇ ਮੇਰੇ ਵੀਰ ਸ਼ਿੰਦਾ ਲੋਲਾ ਜੀਤ ਰੋਚੀ ਸੋਨੀ ਹੋਠੀ ਜੀਤਾ ਬਿਰਗਾ ਮੱਟੂ ਸੋਨੂ ਅਮਰਜੀਤ ਕਨੈਲ ਸਿੰਘ ਬਿਰਗ ਪਹੁੰਚੇ ਇਸ ਪਾਸੇ, ਟੱਚ ਆ ਟੱਚ ਨਾਲ ਆ ਤਾਂ ਕੋਈ ਨਹੀਂ, ਜੇ ਨੰਬਰ ਪੈਂਡਿੰਗ ਰੱਖ ਲਓ ਮੈਚ ਕਰਾਓ, ਜੋ ਰੈਫਰੀ ਨੇ ਦਿੱਤਾ ਉਹ ਤੇ ਤੁਸੀਂ ਕੰਸਟ੍ਰੇਟ ਕਰੋ। ਭਾਜੀ ਉਹ ਡੈਪੇ ਲੜਾ ਕੁਛ ਉੱਧਰ ਐਨਕਾਂ ਡੈਪੀ ਨਾੜੀਆਂ, ਬਾਕੀ ਪਲੇਅਰ ਨਾ ਉਸਦੀ ਸਟਰਗਲ ਕਰੋ, ਰੈਫਰੀ ਤੇ ਉਹਨਾਂ ਨਾਲ ਗੱਲਾਂ ਕਰਦੇ ਆ, ਜੋ ਉਹਨਾਂ ਦਾ ਫੈਸਲਾ ਦਿੱਤਾ ਉਹ ਤੁਹਾਨੂੰ ਫੈਸਲਾ ਦੇਣਾ ਪੈਣਾ। ਆਪਣੀ ਦੁਆ ਦੇਈ ਜਾਂਦਾ ਸ਼ੁਰੂ ਕਰਾਂ, ਮੈਚ ਵੀ ਬੜਾ ਤਕੜਾ ਆ ਤੇ ਉੱਥੇ ਫੌਜਾ ਸਿੰਘ ਵੀ ਆ ਪਹੁੰਚੇ ਆ ਸਵੇਰ ਤੋਂ, ਤੇ ਮੈਂ ਬੇਨਤੀ ਕਰਦਾ ਬਈ ਜੋ ਵੀ ਫੈਸਲਾ ਆ ਇੱਧਰ ਮੇਜਰ ਸਿੰਘ ਦੀ ਵਾਸੀ ਸਾਰੇ ਮੇਰੇ ਵੀਰ ਆ ਜੋ ਵੀ ਫੈਸਲਾ ਕਰਨਗੇ ਮਨਜ਼ੂਰ ਆ ਸਾਨੂੰ, ਤਾਂ ਜੋ ਮੈਚ ਸ਼ੁਰੂ ਕੀਤਾ ਜਾ ਸਕੇ। ਦੇਖ ਲਓ ਫੌਜਾ ਸਿੰਘ ਜੀ ਦੇ ਨਾਂ ਤੇ ਤਾੜੀਆਂ ਮਾਰ ਦੋ, ਨੇਕਾ ਮੈਰੀਪੁਰ ਤੇ ਅਮਰੀਕ ਸਿੰਘ ਜੀ ਬੋਪਰ ਆਏ, ਪੰਜਾਬੀਆਂ ਦੀ ਮਾਣ ਤੇ ਸਨਮਾਨ ਸਾਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਦਾ ਨਾਂ ਜਿਹਨੇ ਰੋਸ਼ਨ ਕੀਤਾ ਆ ਇਹ ਆ ਫੌਜਾ ਸਿੰਘ ਜੀ, ਫੌਜਾ ਸਿੰਘ ਜੀ ਜਦੋਂ ਲਾਉਂਦਾ ਰੇਸ ਦਾ ਤੇ ਗੋਰੇ ਗੋਰੀਆਂ ਪੁੱਛਦੇ ਆ ਵੀ ਭਾਈਆ ਖਾਂਦਾ ਕੀ ਆ, ਕਹਿੰਦਾ ਆਰਸੀ ਦੀਆਂ ਪਿੰਡੀਆਂ ਹੀ ਖਾਂਦਾ ਆ, ਪਰ ਪੂਰੀ ਦੁਨੀਆਂ ਦੇ ਵਿੱਚ ਪੱਗ ਦਾ ਨਾਂ ਉੱਚਾ ਕੀਤਾ ਇਸ ਗੱਭਰੂ ਨੇ। ਮੈਂ ਤਾਂ ਗੱਭਰੂ ਹੀ ਕਹਿੰਦਾ ਹੁੰਦਾ ਆ ਕਿਉਂਕਿ 100 ਸਾਲ ਦੀ ਉਮਰ ਦੇ ਵਿੱਚ ਭੱਜਣਾ ਸੌਖਾ ਨਹੀਂ, ਇਹਦਾ ਜਵਾਬ 40 ਸਾਲ ਦੇ ਬਾਅਦ ਗੋਡੇ ਤੋਂ ਲਾ ਪਾਉਂਦੇ ਆ। ਬਹੁਤ ਹੀ ਵਧੀਆ ਫੌਜਾ ਸਿੰਘ ਨੇ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਦਾ ਨਾਂ ਜੋ ਰੋਸ਼ਨ ਕੀਤਾ ਆ, ਤੇ ਜਦੋਂ ਪੱਗ ਦੀ ਗੱਲ ਹੁੰਦੀ ਆ ਫਿਰ ਤਾਂ ਕਿਤੇ ਵਿਹੜਾ ਵਿਹੜਾ ਹੁੰਦੀ ਆ, ਖੂਨ ਦੇ ਕੇ ਸਿੰਜਿਆ ਬੂਟਾ ਪੱਗ ਦਾ, ਹੱਸ ਹੱਸ ਲੰਘੇ ਅਸੀਂ ਦਰਿਆ ਅੱਗ ਦਾ, ਲੱਖਾਂ ਕੀਤੀਆਂ ਨੇ ਅਸੀਂ ਕੁਰਬਾਨੀਆਂ, ਐਵੇਂ ਬਣਿਆ ਨੀ ਤੋਂ ਸਰਦਾਰਾ ਕੱਲਾ ਕੱਲਾ ਲੜ ਪੱਗ ਦਾ, ਫੌਜਾ ਸਿੰਘ ਦਾ ਲੱਗਦਾ ਪਿਆਰਾ ਕੱਲਾ ਕੱਲਾ ਲੜ ਪੱਗ ਦਾ, ਕਿਉਂ ਵੀ ਰੋਸ਼ੀ ਗੱਲ ਸਹੀ ਆ। ਆ ਦੇਖ ਲਓ ਸਾਰੇ ਮੇਰੇ ਵੀਰ ਦੀ ਕਹਾਣੀ ਬੈਠੀ ਆ, ਸੋਖਾ ਜੀ ਮੈਚ ਸ਼ੁਰੂ ਕਰਾਈਏ ਪਲੀਜ਼, ਹਾਂਜੀ ਆ ਜਾਓ, ਥੈਂਕ ਯੂ ਵੈਰੀ ਮਚ, ਚਲੋ ਮੈਚ ਸ਼ੁਰੂ ਹੋਣ ਲੱਗਾ ਜੀ, ਲੋਕ ਚੱਲ ਰਹੇ ਇੱਧਰ।
ਮਾਨੇ ਲੁਧਿਆਣ ਵੀ ਦੀ ਪਈ ਆ ਮੇਰੇ ਪੰਜਾਬੀ ਵੀਰੋ ਕਬੱਡੀ ਤੇ ਫੈਸਲਾ ਮੇਰਾ ਗੱਲ ਹੋ ਗਿਆ ਆ ਤੇ ਸਾਹਮਣੇ ਵੇਖਦੇ ਆ ਆ ਸ਼ੀਰਾ ਸਮੀਪਰ ਵਾਲਾ ਵੇਖਦਾ ਆ ਤੇ ਕੌਣ ਟੱਕਦਾ ਇਸ ਰਸਤਮ ਨੂੰ ਕਬੱਡੀ ਦੇ ਨੂੰ ਆ ਵੇਖ ਲਓ ਮੋਸਨ ਵਾਲੇ ਨੂੰ ਹਲਕਾ ਜਿਹਾ ਟੱਚ ਕਰਕੇ ਮਿੱਠਿਆ ਅੰਕ ਜੋੜ ਦਿੱਤਾ ਇਸ ਗੱਭਰੂ ਨੇ ਬਹੁਤ ਹੀ ਵਧੀਆ ਨੰਬਰ ਵੀਰੇ ਹਾਫ ਟਾਈਮ ਦੇ 18-15 ਜੋ ਸਾਂਝੀ ਟੀਮ ਹੈ ਡਰਬੀ ਮੈਡਲੈਂਡ ਤੇ ਕਮੈਂਟਰੀ ਦੀ ਟੀਮ ਦੇ ਲਈ ਇਹ ਮੈਂ ਤੁਹਾਨੂੰ ਮੈਚ ਤੋਂ ਬਾਅਦ ਦੱਸਾਂਗਾ ਆਇਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਸਾਡੇ ਕੌਮ ਦਾ ਸਾਡੇ ਇੰਡੀਆ ਦਾ ਮਾਣ ਦੁਨੀਆ ਦਾ ਮਾਣ ਬਾਪੂ ਫੌਜਾ ਸਿੰਘ ਜੀ ਉਹ ਮਾਣ ਸਤਿਕਾਰ ਪ੍ਰਵਾਨ ਕਰਦੇ ਹੋਏ ਤੇ ਇੱਧਰ ਮਨਜੋਤ ਸਿੰਘ ਨੇ ਕਬੱਡੀ ਪਾਈ ਹੈ ਖੇਡ ਦੇ ਮੈਦਾਨ ਦੇ ਵਿੱਚ ਆਓ ਇਹ ਮਨਦੀਪ ਸਿੰਘ ਕਾਲੀਆ ਤੇ ਦੂਜੇ ਪਾਸੇ ਮਨਜੋਤ ਸਿੰਘ ਮਾਛੀਵਾੜਾ ਆਓ ਨੰਬਰ ਮਨਜੋਤ ਮਾਛੀਵਾੜਾ ਫਲੋ ਦੀ ਟੀਮ ਦੇ ਨੰਬਰ ਦਾ ਵਾਅਦਾ ਕਰਦਾ ਹੋਇਆ 40 ਮਹਿਰੂਮ ਸ਼ੇਰਾ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਤੇ ਕੈਰਨ ਬੋਰਡ ਖੇਡ ਦੇ ਜੇਕੇ ਮਰਦ ਖੇਡਦਾ ਖਤਰਿਆਂ ਨਾਲ ਤੇ ਕੈਰਨ ਬੋਰਡ ਖੇਡ ਦੇ ਜੇਕੇ ਆਓ ਮਰਦ ਸ਼ੇਰ ਕਬੱਡੀ ਪਾ ਰਿਹਾ ਮਹਿਰੂਮ ਕਬੱਡੀ ਪਾ ਰਿਹਾ ਉਧਰ ਆ ਹੈ ਪਿੰਡਾ ਕਹਿੰਦੇ ਮੂਲੇ ਵਾਲੀ ਧਰਤੀ ਧਰਤੀ ਸ਼ਾਹਪੁਰ ਦੀ ਧਰਤੀ ਮਿਹਰ ਦੀ ਕਿ ਮਿਹਰ ਦੀਨਾ ਜੇ ਰੱਬ ਦੀ ਮਿਹਰ ਹੋਵੇ ਬੰਦਾ ਤਾਂ ਜਾ ਕੇ ਪਹਿਲਵਾਨ ਬਣਦਾ ਹੈ ਬੰਦਾ ਤਾਂ ਜਾ ਕੇ ਕਬੱਡੀ ਆ ਵੇਖ ਲਓ ਸਾਹਮਣੇ ਪਈ ਆ ਕਬੱਡੀ ਵੇਖਦੇ ਆ ਕੌਡੀ ਕੌਡੀ ਕਰਦਾ ਆ ਵੇਖ ਲਓ ਪੈ ਗਈਆਂ ਜੱਪੀਆਂ ਤੇ ਵੇਖਦੇ ਆ ਆ ਵੇਖਦਾ ਕਦੇ ਸੱਜੇ ਕਨੀ ਵੇਖਦਾ ਕਦੇ ਖੱਬੇ ਕਨੀ ਵੇਖਦਾ ਕਦੇ ਕਹਿੰਦਾ ਇੱਕ ਚ ਮਾਰਾ ਧੱਫਾ ਕਹਿੰਦਾ ਕਿ ਦੋਨੇ ਪਾਸੇ ਜੱਫਾ ਲੱਗੇ ਤੇ ਇੱਕ ਜੱਫਾ 20 ਪਾਉਣ ਦਾ ਹੋਵੇਗਾ ਵਿੰਦਰ ਪਾਉਣਾ ਜੀ ਇਹ ਐਲਾਨ ਕਰਦੇ ਨੇ ਲਓ ਸਾਹਮਣੇ ਕਬੱਡੀ ਪਾਈ ਆ ਸਰਾਵਾ ਵਾਲੇ ਸੁਖਬੀਰ ਨੇ ਇੱਧਰ ਪਾਸੇ ਜਨਵਾ ਪੁਰਾਣਾ ਤੇ ਵੱਡਾ ਜਾਫੀ ਹੈ ਲਓ ਨੰਬਰ ਸੁਖਬੀਰ ਸਰਾਵਾ ਦਾ ਨੰਬਰ ਫਲੋ ਪਲੱਸ ਫਲੋ ਦੀ ਟੀਮ ਬਾਤੇ ਉੜਦਾ ਹੋਇਆ ਇਸ ਤੋਂ ਬਾਅਦ ਕਹਿੰਦੇ 10 ਤਰੀਕ ਨੂੰ 10 ਸਤੰਬਰ ਨੂੰ ਫਲੋ ਦਾ ਕਬੱਡੀ ਕੱਪ ਹੋਵੇਗਾ 10 ਸਤੰਬਰ ਨੂੰ ਕਹਿੰਦੇ ਵੀ ਫਾਂਦਲੋ ਤੇ ਸਾਊਥ ਹਾਲ ਦਾ ਸਾਡਾ ਕਬੱਡੀ ਕੱਪ ਹੋਵੇਗਾ ਸੱਦੇ ਖੁੱਲੇ ਹੋਣਗੇ ਤਾਂ ਕੱਲ ਉਸ ਪਾਈ ਹੈ ਕਬੱਡੀ ਅਕਬਰ ਡੋਗਰ ਦੀ ਇਹ ਨਥਰੀਲਾ ਰੇਡਰ ਹੈ ਇਹ ਕਹਿੰਦੇ ਟੁੱਟਣਾ ਘੋੜਾ ਲੀਡਰ ਕਬੱਡੀ ਪਾ ਰਿਹਾ ਅਕਮਲ ਟੋਕਰ ਤੇ ਆ ਹੈ ਕਹਿੰਦੇ ਵਿਕਾਸ ਗੁਜਰ ਦੋਨੇ ਪਾਕਿਸਤਾਨ ਦੇ ਨੇ ਦੋਨੇ ਲਹਿੰਦੇ ਪੰਜਾਬ ਦੇ ਨੇ ਦੋਨੇ ਟੌਪ ਨੇ ਦੋਨੇ ਸਟਾਰ ਨੇ ਤਾਓ ਆ ਹੈ ਨਕਵਰ ਉਡਣਾ ਘੋੜਾ ਵੀ ਤਾੜੀ ਮਾਰਦੇ ਮੇਰੇ ਵੀਰੋ ਇਹ ਹੈ ਉਡਣਾ ਘੋੜਾ ਅਕਮਲ ਡੋਗਰ ਇਹ ਹੈ ਅਕਮਲ ਡੋਗਰ ਬਹੁਤ ਹੀ ਵਧੀਆ ਜੋ ਮੈਚ ਹੋਇਆ ਨੰਬਰ ਤੱਕ ਥੋੜਾ ਬਹੁਤ ਦਾ ਫਰਕ ਹੋਣਾ ਪਤਾ ਵੇਖਦੇ ਆ ਗੱਲ ਕਿੰਨੇ ਨੂੰ ਹਾਂਜੀ ਤਾਰਾ ਸਾਹਿਬ ਜੀ ਨੰਬਰ ਦੱਸੋ ਆ ਕੇ ਬਹੁਤ ਵਧੀਆ ਮੈਚ ਮੇਰੇ ਵੀਰ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅੱਜ ਸਾਡੇ ਸਰਪੰਚ ਬਿਲਡਰ ਸਾਹਿਬ ਉਹਨਾਂ ਵੱਲੋਂ ਰੇਕੂ ਤਲਾਅ ਤੇ ਜੋਧੇ ਤਲਵੰਡੀ ਵਾਲੇ ਦਾ ਸੋਨੇ ਦੀਆਂ ਮੂੰਦੀਆਂ ਨਾਲ ਮਾਨ ਸਨਮਾਨ ਹੋ ਗਏ ਤੇ ਸਾਬਕਾ ਕਬੱਡੀ ਖਿਡਾਰੀਆਂ ਦਾ ਅੱਜ ਸਰਦਾਰ ਲਹਿੰਦੋ ਸਿੰਘ ਲੱਦੜ ਤੇ ਬਾਰਕਿੰਗਾ ਦੀ ਪੂਰੀ ਸਮੁੱਚੀ ਕਲੱਬ ਦੇ ਵੱਲੋਂ ਸਾਬਕਾ ਕਬੱਡੀ ਖਿਡਾਰੀਆਂ ਦਾ ਮੇਰੇ ਵੀਰੋ ਅੱਜ ਮਾਨ ਸਨਮਾਨ ਜਿਹੜਾ ਉਹ ਇਸ ਕਬੱਡੀ ਟੂਰਨਾਮੈਂਟ ਹੋਵੇਗਾ ਤੇ ਵੱਡੇ ਕੰਮ ਹੋਣਗੇ ਵੱਡੇ ਉਪਰਾਲੇ ਹੋਣਗੇ ਤੇ ਵੱਡਾ ਮਾਨ ਸਤਿਕਾਰ ਹੈ ਬਾਲਕਿੰਗ ਦੀ ਪੂਰੀ ਸਮੁੱਚੀ ਸਪੋਰਟਸ ਦਾ ਕਲੱਬ ਦੇ ਵੱਲੋਂ ਦੋਸਤੋ ਇਹ ਜੋ ਮੈਚ ਗਰਾਊਂਡ ਵਿੱਚ ਚੱਲ ਰਿਹਾ ਸੀ ਇਹਦੇ ਜਿਹੜੇ ਸਮਾਪਤੀ ਦੇ ਪੁਆਇੰਟ ਹਨ ਸਲੋ ਤੇ ਹਾਸਲੋ ਦੇ 36.5 ਕਾਮੈਂਟਰੀ ਬਰਮਿੰਗਮ ਤੇ ਡਰਬੀ ਦੇ 32 36.5 ਤੇ 32 ਸੋ ਹੁਣ ਜਿਹੜਾ ਅਗਲਾ ਮੈਚ ਜਿਹੜੀ ਸਵੇਰੇ ਰਨਰ ਅਪ ਟੀਮ ਰਹੀ ਸੀ ਉਹਦਾ ਮੈਚ ਇਹਦੇ ਚ ਜਿਹੜੀ ਜੇਤੂ ਰਹੀ ਆ ਸਲੋ ਤੇ ਹਾਸਲੋ ਦੀ ਟੀਮ ਪਹਿਲਾ ਮੈਚ ਦੋਨਾਂ ਦਾ ਹੋਊਗਾ ਸਵੇਰੇ ਬਾਰਕਿੰਗ ਗ੍ਰੇਜ਼ਨ ਤੇ ਬਿਡੋ